ਵਿਛੜੇ ਕਰਕੇ ਪਾਵੇ ਲੋ ਰਾਮ ਚਾਰ ਕੁੰਭ ਦਾ ਦਿਸ ਧਮੈ ਥੱਕ ਆਏ ਪ੍ਰਭੀ ਸਾਮ ਤੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ ਹਰ ਨਾਨਕੀਏ ਸਾਜਨੇ ਕਤ ਪਾਈਏ ਵਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੀ ਭੱਠ ਨਗਰ ਸਿੱਖ ਰਾਮ ਸਭ ਸ਼ਿੰਗਾਰ ਕੰਬੋਲ ਰਸ ਸਾਨ ਦੇਹੀ ਸਭ ਥਾਮ ਪ੍ਰਭ ਸੁਵਾਮੀ ਕੰਤ ਵਿਹੂਮੀਆ ਮੀਤ ਸਚਨ ਸਭ ਜਾਮ ਨਾਨਕ ਜੀ ਬੈ ਨਾਤੀਆ ਕਰ ਕਿਰਪਾ ਦੀ ਜੇ ਨਾਮ ਹਰ ਮਿਲੋ ਸੁਵਾਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਰਨਾ ਸੰਤ ਜਨਾ ਮਿਲ ਪਾਈਏ ਰਚਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਕਿਸੇ ਗਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਅੰਦਰ ਤਰਨਈਗਲ ਪੂਜਿਆ ਰਵਿਆ ਵਿੱਚ ਬਣਾ ਸੁਪ੍ਰਭ ਚੇਤਨਾ ਆਵੀ ਕਿਤੜਾ ਦੁਖ ਗਣਾ ਜਿਨੀ ਰਾਜਿਆ ਸੋ ਪ੍ਰਭੂ ਤਿਨਾ ਭਾਗ ਬਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾਮ ਐਸਾ ਧੀਰਨ ਕਿਉਂ ਵਰਤੀਆਂ ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਨ ਪ੍ਰਭ ਵਿਸਾਰ ਕਹਿ ਲਗੀ ਮਾਇਆ ਢੋ ਪੁੱਤਰ ਕਲਤਰਣਾ ਸੰਤਨਾ ਹਰ ਬਣਾ ਸੀ ਓਹੋ ਪਲਚ ਪਲਚ ਸੰਗੀ ਮੋਈ ਝੂਠੇ ਧੰਦੇ ਮੋਹੋ ਇਕਸ ਹਰ ਕੇ ਨਾਮ ਬਿਨੇ ਅੱਗੇ ਲਈਏ ਖੋਏ ਦਈਓ ਵਿਸਾਰ ਵੀ ਗੁਜਣਾ ਪ੍ਰਭ ਨ ਵਰਨਾ ਕੋਏ ਪ੍ਰੀਤਮ ਚਰਨੀ ਜੋ ਲੱਗੇ ਤੈਨ ਕੀ ਨਿਰਮਲ ਸੋਏ ਨਾਨਕ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਸੁਭਾਵਾ ਕਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਹਰ ਪੇੜ ਚੜਨ ਦਾ ਲੋੜ ਜਾਏ ਨਸੇ ਅੱਗੇ ਸਭ ਨਿਵਾਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ ਮਨ ਕਮੋਤੀ ਨਾਮ ਪ੍ਰਭ ਹੁਣ ਲੱਗੇ ਨਾ ਇਨਸਾਨ ਰੰਗ ਸਭੇ ਨਾਰਾਇਣੇ ਜੇਤੇ ਮਨ ਭਵਨ ਜੋ ਹਰ ਲੋੜੈ ਸੋ ਕਰੈ ਸੋਈ ਜੀ ਕਰਨ ਜੋ ਪ੍ਰਾਪੀਏ ਆਪਣੇ ਸਹੀ ਕਹੀਏ ਧਨ ਆਪਣਾ ਹੀ ਅੱਗੇ ਮਿਲੈ ਵਿਛੜ ਕਿਉਂ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀ ਲੱਤੇ ਸਧਣੀ ਜਿਸ ਕੇ ਭਾਗ ਮਥਨ ਅਸਾਰਤ ਬੰਦਾ ਤਿਸ ਲੱਗੈ ਹਰ ਨਾ ਹੁਣਾ ਜਿਨ੍ਹਾਂ ਪਾਸ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਈ ਵੇ ਗੁੱਚੀਏ ਗੱਲ ਪਈ ਸੋ ਜਮ ਕੀ ਫਾਸ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਰਹਿਣ ਬਿਆਣੀ ਪਟਕਾਣੀ ਉੱਠ ਚੱਲੀ ਗਈ ਨਰਾਸ ਜਿਨ ਕਉ ਸਾਧੂ ਭੇਟੀਏ ਸੋ ਦਰਗਹਿ ਹੋਏ ਕਲਾਸ ਕਰਕੇ ਪ੍ਰਭ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਜੀ ਅਰਦਾਸ ਅਸਾੜ ਸੁਣ ਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਨ ਸੱਚੀ ਕਾਮਣੀ ਚਰਨ ਕਮਲ ਸੰਕਾਰ ਮਨ ਤਨ ਰਥਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਪੁੜਾ ਵਿਆਨ ਦੇ ਸਣ ਸੁਭੇ ਸ਼ਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ
ਨਾਨਕ ਹਰ ਜੀ ਮਾਇਆ ਕਰ ਸੰਗ ਸਵਰਨ ਹਾਰ ਸਵਰਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਪਰਦੋ ਪਰਮ ਪਲਾਣੀਆਂ ਦੂਜੇ ਲਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਣ ਤੂਰਤ ਜਮ ਕਿਸੇ ਨਾ ਦੇਣੀ ਭੇਤ ਛੜ ਖੜੋ ਤਿਖਿਨੇ ਮਾਹੇ ਜਿਨ ਸੁਣ ਲਗਾ ਹੇਤ ਹੱਥ ਮਰੋੜੇ ਤਨ ਕਪੈ ਸਿਆਹ ਹੋ ਹੋ ਅਸੇ ਤਿਹਾ ਬੀਜੈ ਸੋਹਣੈ ਕਰਮਾ ਸੁੰਦਰਾ ਖੇਤ ਨਾਨ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋ ਨਤ ਨ ਪਾਈਏ ਗੁਰ ਰੱਖਣ ਵਾਲਾ ਖੇਤ ਅਸੁਨ ਪ੍ਰੇਮ ਅਮਾਰਾ ਜੋ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੇ ਲਾਗਾਂ ਪਾਏ ਬਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਆਂ ਸੇ ਪਿਛੜ ਕਰੇ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆਂ ਜਿਨਾ ਮੈਂ ਹਰ ਰਾਏ ਕਤਕ ਕਰਮ ਕੁਮਾਵਣ ਦੁਸਨਾ ਕਾਲੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਜੋਗ ਬੇਮਿਖ ਹੋ ਬੇਮੁੱਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਨਵੇਂ ਖੋੜੇ ਹੋਏ ਗਏ ਜਿਤੜੇ ਮਾਇਆ ਭੋਗ ਲਿਟ ਨਾ ਕੋਈ ਕਰ ਸਕੈ ਕਿਸ ਤੈ ਰੋਗ ਹੈ ਰੋਜ ਕੀਤਾ ਕਿਛ ਨਾ ਹੋਵੇ ਲਿਖਿਆ ਪਰ ਸੰਜੋਗ ਪਟਪਾਤੀ ਮੇਰਾ ਪ੍ਰਭ ਮਿਲੈ ਤਾਂ ਉਤਰ ਹੈ ਸਭ ਵਿਯੋਗ ਨਾਨਕ ਕਉ ਪ੍ਰਭ ਰੱਖ ਦੇਹ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਮਖਿਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠਣੀਆਂ ਤਨਗੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਅੱਗੇ ਲੜੀਆਂ ਤਿੰਨ ਦੁੱਖ ਨਾ ਕਬੂ ਉਤਰੇ ਸੇ ਜਾਮ ਕੇ ਵਸ ਪੜੀਆਂ ਜਿਨੀ ਰਾਵਿਆ ਪ੍ਰਵਿਆ ਪ੍ਰਣਾਮ ਸੇ ਦਿਸਣ ਨਿਤ ਖੜੀਆਂ ਰਤਨ ਜਵੇਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ ਮੱਖਿਰ ਪ੍ਰਭ ਅਰਾਧਨਾ ਬਹੁੜਨ ਜੜ ਮਣੀਆਂ ਓਕ ਤੁਫਰਨ ਬਾਪੀ ਕੰਠ ਮਿਲਿਆ ਹਰ ਨਾਹੋ ਮਨ ਵਿਦਿਆ ਚਰਨਾਰ ਬਿਨ ਦਰਸ਼ਨ ਲਗੜਾ ਸਾਹ ਯੋਗ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾ ਵਿਖਿਆ ਭੋਜ ਨ ਸਕੀ ਮਿਲ ਸਾਧੁ ਗੁਣ ਗਾਹ ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸੰਭਾਲ ਕਰ ਜਾ ਲੀਨੀ ਪਾਰ ਬ੍ਰਹਮ ਬੌੜ ਨਾ ਵਿਛੜਿਆ ਬਾਹਰ ਜਾਉਂ ਲੱਖ ਬੀਰੀਆਂ ਹਰ ਸੱਚਣ ਆਗਮ ਅਗਾਹ ਸਰਨ ਪਈ ਨਾਰਾਇਣੇ ਨਾਨਕ ਦਰ ਪਈਆ ਓ ਸੁਹੰਦਾ ਸਰਬ ਸੁਖ ਜਿਸ ਬਖ ਸਹਿ ਬੇਪਰਵਾ ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਇ ਸੁਣ ਸਰਨਾਂ ਨੂੰ ਕਰਦਾਨ ਜਾਨਨ ਕਰਨ ਮਲ ਪੁੱਤਰ ਮਨ ਤੇ ਜਾਏ ਗੁਮਾਨ
ਕਾਮ ਕ੍ਰੋਧ ਨ ਮੋਈਐ ਬਿਨਸੈ ਲੋਭ ਸੁਭਾਨ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਅੜਸਠ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ ਜਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਹੜਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੇ ਕਾਢੀਏ ਜਿਨ ਪੂਰਾ ਗੁਰ ਮਿਹਰਬਾਨ ਫਲਗਣ ਆਨੰਦ ਉਪਾਰਜਣ ਹਰ ਸੱਜਣ ਪ੍ਰਗਟੇ ਆਏ ਸਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਿਰ ਸੁਭਾਈ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ ਇਸ਼ ਪੁੰਨੀ ਬੜ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵੇ ਗੀਤ ਗੋਬਿੰਦ ਅਲਾਏ ਹਰ ਜਿਹਾ ਜਵਰਨ ਦਿਸੀ ਕੋਈ ਦੂਜਾ ਲਵੇ ਨਾ ਲਾਏ ਹਾਲਤ ਪਾਲਤ ਸਵਾਰੀਆਂ ਨਿਹਚਲ ਦਿੱਤੀਆਂ ਜਾਏ ਸੰਸਾਰ ਸਾਧ ਤੇ ਰੱਖੀਆਂ ਬਹੁੜ ਨਾ ਜਨ ਮੈਂ ਧਾਏ ਜਿਹਾ ਏਕ ਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਾਗਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤੁਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਰ ਸਰੇ ਹਰ ਗੁਰ ਪੂਰਾ ਰਾਜਿਆ ਦਰਗ ਹੈ ਸੱਚ ਖਰੇ ਸਰਬ ਸੁਖਾਂ ਨਿਤ ਚਰਨ ਹਰ ਭਉ ਜਲ ਵੇਖਣ ਤਰੇ ਪ੍ਰੇਮ ਪਲ ਤੈਨ ਪਾਈਆ ਲਿਖਿਆ ਨਾਹੀਂ ਜਰੇ ਕੂੜ ਗਏ ਦੁੱਬ ਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾਂਦੇਵ ਸਮੂਰਤ ਭਰੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾ
ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਇਹ ਅਰਦਾਸ ਸੁਆਮੀ ਅਰਦਾਸ ਹਮਾਰੇ ਸੁਆਮੀ ਬਿਸਰ ਨਹੀਂ ਸੁਖ ਦਾਤੇ ਬਿਸਰ ਨਹੀਂ ਸੁਖ ਦਾਤੇ ਅਰਦਾਸ
Yeah.
ਦਾ ਪ੍ਰਵਾਨ ਕਰ ਲਈ। ਹੋਈਆਂ ਪਹਿਲਾਂ ਲਿਖਾਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਕੁਲਵੰਤ ਸਿੰਘ ਜੀ, ਭਾਈ ਗੁਰਜੀਵਨ ਸਿੰਘ ਜੀ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਹੁਣ ਭਾਈ ਬਘੇਲ ਸਿੰਘ ਜੀ ਆਪ ਜੀ ਨੂੰ ਮਹੀਨੇ ਦੇ ਜੋ ਸ਼ਬਦ ਹੈ ਉਸਦੀ ਕਥਾ ਸਾਨੂੰ ਕਰਾਉਣਗੇ ਜੀ। ਸੋ ਇਹ ਜੋ ਸਾਰੀ ਕਥਾ ਹੈ ਆਵਾਜ਼ੇ ਕੌਮ ਔਨਲਾਈਨ ਤੁਸੀਂ ਦੇਖ ਸਕਦੇ ਹੋ। ਸੋ ਦਾਸ ਬੇਨਤੀ ਕਰੇਗਾ ਭਾਈ ਬਘੇਲ ਸਿੰਘ ਜੀ ਨੂੰ ਉਸ ਸਟੇਜ 'ਤੇ ਆ ਕੇ ਜੋ ਮਹੀਨੇ ਦੇ ਸ਼ਬਦ ਦੀ ਕਥਾ ਹੈ ਉਹ ਸਾਨੂੰ ਕਰਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਓਟ ਆਸਰੇ ਨੂੰ ਤੱਕਦਿਆਂ ਹੋਇਆਂ ਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਸੰਗਤ ਜੀ ਹਰ ਮਹੀਨੇ ਦੀ ਸੰਗਰਾਂਦ ਦੇ ਉੱਪਰ ਸਤਿਗੁਰੂ ਜੀ ਕਿਰਪਾ ਕਰਦੇ ਹਨ, ਆਪ ਸਾਧ ਸੰਗਤ ਦੇ ਦਰਸ਼ਨ ਦੇ ਥਾਰੇ ਬਖਸ਼ਿਸ਼ ਕਰਦੇ ਨੇ ਅਤੇ ਨਾਲ ਆਪ ਸੰਗਤਾਂ ਦੇ ਸੰਗਤ ਕਰਦਿਆਂ ਸਨਮੁੱਖ ਹੁੰਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਹੀਨੇ ਦੀ ਸ਼ਬਦ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਕਰਦਿਆਂ ਮੇਰੇ ਸਤਿਗੁਰ ਜੀ ਗੁਰਬਾਣੀ ਦੇ ਰੂਪ ਦੇ ਰਾਹੀਂ ਹਰ ਮਹੀਨੇ ਜੋ ਸਾਲ ਦੇ ਅੰਦਰ 12 ਮਹੀਨੇ ਗਿਣੇ ਜਾਂਦੇ ਨੇ, ਮਹੀਨਿਆਂ ਦੀ ਰੁੱਤ ਬਦਲਦੀ ਹੈ, ਰੁੱਤ ਬਦਲਣ ਦੇ ਨਾਲ ਮਨ ਦੇ ਹਾਵ ਭਾਵ ਬਦਲਦੇ ਨੇ, ਬਾਹਰੀ ਰੂਪ ਦੇ ਕਾਰਨ ਜਿੱਥੇ ਸਰੀਰ ਦੇ ਉੱਪਰ ਇਹ ਮੌਸਮ ਅਤੇ ਰੁੱਤਾਂ ਅਸਰ ਕਰਦੀਆਂ ਨੇ, ਮਨ ਦੇ ਪ੍ਰਭਾਵ ਮਨ ਦੇ ਉੱਪਰ ਕੀ ਪ੍ਰਭਾਵ ਪੈਂਦਾ ਹੈ ਇਹਨਾਂ ਮੌਸਮ ਦੇ ਬਦਲਣ ਦੇ ਨਾਲ, ਅਤੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਨਾਲ ਕਿਸ ਤਰੀਕੇ ਨਾਲ ਜੋੜਿਆ ਜਾ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਕੇ ਹਰ ਮਹੀਨੇ ਦੀ ਸੰਗਰਾਂਦ 'ਤੇ ਜੋ ਆਪਾਂ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰਵਣ ਕਰਦੇ ਹਾਂ, ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਭਾਈ ਕਿਹੜੇ ਮਹੀਨੇ ਦੇ ਅੰਦਰ ਕਿਸ ਤਰੀਕੇ ਦੇ ਨਾਲ ਉਸ ਪਿਤਾ ਪਰਮਾਤਮਾ ਦੇ ਨਾਲ ਜੁੜਿਆ ਜਾ ਸਕੇ। ਸੋ ਅੱਜ ਦੀ ਵੀ ਹਾਜ਼ਰੀ ਮੇਰੇ ਸਤਿਗੁਰੂ ਕਿਰਪਾ ਕਰਨ ਜਿੰਨਾ ਕੁ ਸਮਾਂ ਆਪ ਸੰਗਤਾਂ ਦੇ ਸਨਮੁੱਖ ਹੋ ਸਕਾਂ, ਸਤਿਗੁਰੂ ਜੀ ਆਪ ਰਹਿਮਤ ਕਰਕੇ ਆਪਣੇ ਸ਼ਬਦ ਦੀ ਵਿਚਾਰ ਕਰਨ ਦੇ ਯੋਗ ਬਣਾ ਲੈਣ। ਹਾਜ਼ਰੀ ਪ੍ਰਵਾਨ ਕਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਕਾਰਯੋਗ ਗਿਆਨੀ ਜੀ ਹੁਣੀ ਜੋ ਹਰ ਮਹੀਨੇ ਦੀ ਤਰ੍ਹਾਂ ਦਾਸ ਦਾ ਸਾਥ ਦਿੰਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਉਚਾਰਨ ਕਰਦੇ ਨੇ, ਅਤੇ ਯਤਨ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਅਗਾਧ ਬੋਧ ਹੈ ਸਾਡੇ ਵਰਗੇ ਮਨਮੁੱਖਾਂ ਦੇ। ਇਹ ਵਸ ਦੀ ਗੱਲ ਨਹੀਂ ਕਿ ਗੁਰੂ ਦੇ ਸ਼ਬਦ ਨੂੰ ਅਸੀਂ ਸਮਝ ਸਕੀਏ ਜਾਂ ਅਸੀਂ ਬਖਾਨ ਕਰ ਸਕੀਏ। ਸਤਿਗੁਰੂ ਹੀ ਕਿਰਪਾ ਕਰਨ, ਇੰਨੀ ਕੁ ਸੋਝੀ ਬਖਸ਼ਣ ਕਿ ਉਹਨਾਂ ਦੇ ਕੀਤੇ ਪ੍ਰਮਾਣ ਨੂੰ ਆਪ ਸੰਗਤ ਨਾਲ ਸਾਂਝ ਕਰ ਸਕੀਏ। ਸੋ ਆਓ, ਗਿਆਨੀ ਜੀ ਆਪ ਜੀ ਨੂੰ ਪਾਠ ਉਚਾਰਨ ਕਰਨਗੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੋੜਨਗੇ, ਅਤੇ ਦਾਸ ਯਤਨ ਕਰੇ ਕਿ ਸਤਿਗੁਰੂ ਜੀ ਦੇ ਹੁਕਮ ਨੂੰ ਆਪ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਸਕਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸੁਨ ਪ੍ਰੇਮ ਉਮਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਸੰਤ ਸਹਾਇ ਪ੍ਰੇਮ ਕੈ ਹਉ ਤਿਨ ਕੈ ਲਾਗਾ ਪਾਏ, ਵਹਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ, ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਲਾਈਆਂ ਸੇ ਪਿਛੜ ਕਤਹਿ ਨਾ ਜਾਏ, ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣ ਆਏ। ਅਸੂ ਸੁਖੀ ਬਸੰਦੀਆਂ ਜਿਨਾ ਮੈਂ ਹਰ ਰਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਅੱਸੂ ਮਹੀਨੇ ਦੀ ਸੰਗਰਾਂਦ ਦਾ ਅੱਜ ਜੋ ਦਿਹਾੜਾ ਸੰਗਤ ਜੀ ਰਲ ਮਿਲ ਕਰਕੇ ਮਨਾ ਰਹੇ ਹਾਂ, ਇਸ ਮਹੀਨੇ ਦੇ ਸ਼ਬਦ ਰੂਪ ਦੇ ਵਿੱਚ ਸਤਿਗੁਰੂ ਜੀ ਜੋ ਪ੍ਰਮਾਣ ਕਰ ਰਹੇ ਹਨ, ਆਪ ਸੰਗਤ ਦੇ ਨਾਲ ਥੋੜ੍ਹੀ ਜਿਹੀ ਸਾਂਝ ਕਰਦਾ ਜਾਵਾਂ। ਸਤਿਗੁਰੂ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ 12 ਮਾਹਾਂ ਦੇ ਰੂਪ ਦੇ ਅੰਦਰ ਇਹ ਸ਼ਬਦ ਉਚਾਰਨ ਕੀਤੇ ਹਨ, ਗੁਰਸਿੱਖਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਅੰਦਰ ਜਾ ਕਰਕੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ। ਪੁਰਾਤਨ ਸਮੇਂ ਤੋਂ ਸੰਗਤ ਜੀ ਰੀਤ ਚੱਲੀ ਆ ਰਹੀ ਸੀ ਕਿ ਮਹੀਨੇ ਦੀ ਸੰਗਰਾਂਦ 'ਤੇ ਪੰਡਿਤ ਪਾਸ ਜਾ ਕਰਕੇ, ਪਾਂਧੇ ਕੋਲ ਜਾ ਕਰਕੇ ਮਹੀਨੇ ਦਾ ਦਿਨ ਸੁਣਿਆ ਜਾਂਦਾ ਸੀ ਅਤੇ ਮਹੀਨੇ ਦਾ ਉਪਦੇਸ਼ ਲਿਆ ਜਾਂਦਾ ਸੀ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਨਿਰਮਲ ਪੰਥ ਦੀ ਨੀਂਹ ਰੱਖੀ ਅਤੇ ਖਾਲਸਾ ਪੰਥ ਜਿਸਨੂੰ ਗੁਰੂ ਕਲਗੀਧਰ ਪਿਤਾ ਜੀ ਨੇ ਸੰਪੂਰਨਤਾ ਬਖਸ਼ਿਸ਼ ਕੀਤੀ, ਰੀਤਾਂ ਰਿਵਾਜ਼ਾਂ ਅਤੇ ਉਸ ਅਕਾਲ ਪੁਰਖ ਦੇ ਨਾਲ ਸਿੱਧਾ ਸੰਬੰਧ ਜੋੜਿਆ, ਅਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਕਿ ਮਹੀਨੇ ਦੀ ਸੰਗਰਾਂਦ ਜੋ ਅਸੀਂ ਪਾਂਧੇ ਪਾਸ ਸੁਣਨ ਜਾਇਆ ਕਰਦੇ ਸਾਂ, ਗੁਰਮਤ ਅਨੁਸਾਰ ਉਸਦਾ ਕੀ ਅਰਥ ਹੋਵੇ ਅਤੇ ਗੁਰਮਤ ਦੇ ਸਿਧਾਂਤ ਅਨੁਸਾਰ ਸਾਡੇ 'ਤੇ ਰਹਿਮਤ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਭਾਈ ਸਾਡੇ ਤੋਂ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਦੇ ਅੰਦਰ ਹੀ ਤੁਖਾਰੀ ਰਾਗ ਦੇ ਅੰਦਰ ਪੂਰੇ ਸਾਲ ਦਾ 12 ਮਹੀਨੇ ਦਾ ਜੋ ਹੈ 12 ਮਹਾਂ ਉਚਾਰਨ ਕੀਤਾ ਹੈ, ਜਿਸ ਦੇ ਵਿੱਚ ਸਤਿਗੁਰੂ ਜੀ ਨੇ ਪੂਰੇ ਸਾਲ ਦੇ ਆ ਰਹੇ ਮਹੀਨਿਆਂ ਦੇ ਅੰਦਰ ਇਸ ਮਨ ਦੇ ਉੱਪਰ ਕੀ ਪ੍ਰਭਾਵ ਪੈਣਗੇ ਅਤੇ ਕਿਵੇਂ ਉਸ ਪਰਮਾਤਮਾ ਨਾਲ ਜੋੜਿਆ ਜਾਣਾ ਹੈ, ਉਸ ਦੇ ਬਾਰੇ ਸਤਿਗੁਰੂ ਜੀ ਕਿਰਪਾ ਕਰਕੇ ਗਏ ਨੇ। ਅਤੇ ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦਾ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤੀ ਹੋਈ ਬਾਣੀ ਬੜੀ ਮਹਿੰਗੀ ਹੈ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ ਉਚਾਰਨ ਕਰਨ ਲੱਗਿਆਂ ਅਤੇ ਉਹਨਾਂ ਦੇ ਅਰਥਾਂ ਨੂੰ ਸਮਝਣ ਲੱਗਿਆਂ, ਜਿਹੜੇ ਮਨੁੱਖਾਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਲਈ ਜਾਂ ਜਿਨ੍ਹਾਂ ਨੇ ਅਰਥਾਂ ਸਹਿਤ ਗੁਰਬਾਣੀ ਨਹੀਂ ਪੜ੍ਹੀ, ਉਹਨਾਂ ਵਾਸਤੇ ਬੜੀ ਕਠਿਨਾਈ ਆਉਂਦੀ ਹੈ। ਅਤੇ ਜਿਹੜੇ ਜੀਵ ਆਪ ਦੀ ਸ਼ਰਨ ਆਉਣਗੇ, ਚਰਨ ਆਉਣਗੇ, ਕਿਰਪਾ ਕਰੋ
ਕੁਛ ਸੁਖੈਨ ਰੂਪ ਦੇ ਅੰਦਰ, ਕੁਛ ਸਰਲ ਰੂਪ ਦੇ ਅੰਦਰ ਗੁਰਬਾਣੀ ਉਚਾਰਨ ਕਰੋ, ਤਾਂ ਜੋ ਹਰ ਇੱਕ ਪੜ੍ਹਨ ਵਾਲੇ ਨੂੰ, ਸੁਣਨ ਵਾਲੇ ਨੂੰ ਮਹੀਨੇ ਦੀ ਸੰਗਰਾਂਦ ਦੇ ਉੱਪਰ ਫਲ ਮਿਲ ਸਕੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਦੁਬਾਰਾ ਬਾਰਾਂ ਮਾਹਾਂ ਜੀ ਦਾ ਜਿਹੜਾ ਹੈ ਉਚਾਰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀਤਾ, ਜਿਸ ਨੂੰ ਆਪਾਂ ਹੁਣ ਸਰਵਣ ਕਰਦੇ ਹਾਂ। ਅਤੇ ਹਰ ਇੱਕ ਸੰਗਰਾਂਦ ਦੇ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਮਹੀਨੇ ਦੀ ਕਥਾ ਚੱਲਦੀ ਹੈ। ਸਤਿਗੁਰ ਨੇ ਰਹਿਮਤ ਕੀਤੀ ਅਤੇ ਤੁਖਾਰੀ ਰਾਗ ਦੇ ਅੰਦਰ ਵੀ ਯਤਨ ਕਰਾਂਗੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਆਉਣ ਵਾਲੇ ਦਿਨਾਂ ਦੇ ਵਿੱਚ, ਜੇ ਸਤਿਗੁਰ ਨੇ ਕਿਰਪਾ ਕਰਕੇ ਸੇਵਾ ਲੈਣੀ ਚਾਹੀ ਤਾਂ ਉਹਦੇ ਉੱਪਰ ਵੀ ਆਪ ਸੰਗਤਾਂ ਨਾਲ ਸਾਂਝ ਕਰੀਏ। ਪਰ ਅੱਜ ਦੇ ਜਿਹੜੇ ਸ਼ਬਦ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਰਹਿਮਤ ਕਰਕੇ ਉਚਾਰਨ ਕੀਤੇ ਹਨ, ਉਹਨਾਂ ਦੇ ਅੰਦਰ ਸਤਿਗੁਰੂ ਜੀ ਕੀ ਕਿਰਪਾ ਕਰ ਰਹੇ ਹਨ, ਆਓ ਸਰਵਣ ਕਰੀਏ। ਅਸੁਨੋ ਪ੍ਰੇਮ ਉਮਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਉਣ ਮਿਲਾਵੇ ਮਾਏ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਅਸੁਨ ਪ੍ਰੇਮ ਉਮਾਹੜਾ। ਸੋ ਭਾਦੋਂ ਦੀ ਰੁੱਤ ਤੋਂ ਬਾਅਦ ਸੰਗਤ ਜੀ ਅੱਸੂ ਦਾ ਮਹੀਨਾ ਸ਼ੁਰੂ ਹੁੰਦਾ ਹੈ ਅਤੇ ਭਾਦੋਂ ਦੀ ਰੁੱਤ ਦੁਵੱਲੀ ਰੁੱਤ ਮੰਨੀ ਗਈ ਹੈ ਕਿ ਕਦੇ ਬਾਰਿਸ਼ ਆ ਗਈ, ਕਦੇ ਸੂਰਜ ਨੇ ਚਮਕਾਰਾ ਮਾਰ ਦਿੱਤਾ, ਮੌਸਮ ਦਾ ਕੁਝ ਪਤਾ ਨਹੀਂ ਲੱਗਦਾ ਅਤੇ ਐਸੇ ਮੌਸਮ ਦੇ ਅੰਦਰ ਮਨ ਵੀ ਨਹੀਂ ਟਿਕਦਾ। ਅਤੇ ਜਦੋਂ ਅੱਸੂ ਦਾ ਮਹੀਨਾ ਚੜ੍ਹਦਾ ਹੈ, ਇੱਕ ਨਵੀਂ ਰੁੱਤ ਬਦਲਦੀ ਹੈ, ਨਾ ਬਹੁਤੀ ਗਰਮੀ ਨਾ ਬਹੁਤੀ ਸਰਮੀ, ਵਾਹਿਗੁਰੂ ਸਰਦੀ, ਅਤੇ ਇਸ ਮਹੀਨੇ ਦੇ ਅੰਦਰ ਮੌਸਮ ਐਸਾ ਹੁੰਦਾ ਹੈ ਕਿ ਮਨ ਨੂੰ ਬੜਾ ਚੰਗਾ ਲੱਗਦਾ ਹੈ, ਬੜਾ ਠੰਡਾ ਅਤੇ ਮਿੱਠੀ ਰੁੱਤ ਇਸ ਨੂੰ ਗਿਣਿਆ ਗਿਆ ਹੈ। ਅਤੇ ਇਸ ਰੁੱਤ ਦੇ ਅੰਦਰ ਸਤਿਗੁਰੂ ਜੀ ਰਹਿਮਤ ਕਰਦੇ ਨੇ ਕਿ ਜਿੱਥੇ ਬਾਹਰੀ ਰੂਪ ਦੇ ਵਿੱਚ ਸੰਗਤ ਜੀ ਜਦੋਂ ਰੁੱਤਾਂ ਬਦਲਦੀਆਂ ਨੇ ਇਸ ਸਰੀਰ 'ਤੇ ਪ੍ਰਭਾਵ ਪੈਂਦਾ ਹੈ। ਬਹੁਤੀ ਗਰਮੀ ਹੋਵੇ, ਜੇਠ ਹਾੜ ਦਾ ਮਹੀਨਾ ਹੋਵੇ, ਆਪ ਜੀ ਦੇਖੋ ਕਿ ਮਨ ਕਾਹਲਾ ਪੈਂਦਾ ਹੈ, ਗੱਲ ਸੁਣਨ ਵਾਸਤੇ ਜਾਂ ਕਿਸੇ ਦੇ ਨਾਲ ਗੱਲ ਕਰਨ ਵਾਸਤੇ ਜਿਹੜਾ ਹੈ ਉਹ ਮਨ ਨੂੰ ਇੱਕ ਅੱਚੋਬਾਈ ਜੀ ਲੱਗੀ ਰਹਿੰਦੀ ਹੈ, ਕਿਉਂਕਿ ਬਾਹਰ ਦਾ ਮੌਸਮ ਗਰਮੀ ਜਿਹੜੀ ਹੈ ਉਹ ਸਰੀਰ 'ਤੇ ਅਸਰ ਕਰਦੀ ਹੈ। ਇਸੇ ਪ੍ਰਕਾਰ ਪੋਹ ਦੇ ਮਹੀਨੇ ਦੇ ਅੰਦਰ ਠੰਡ ਦੇ ਅੰਦਰ ਮਨ ਨੂੰ ਜਿਹੜਾ ਹੈ ਇਸ ਸਰੀਰ ਨੂੰ ਵਾਹਿਗੁਰੂ ਇੱਕ ਸੁਸਤੀ ਦਾ ਰੋਗ ਜਿਹੜਾ ਲੱਗ ਜਾਂਦਾ ਹੈ ਕਿ ਰਜਾਈ ਤੋਂ ਨਿਕਲਣ ਨੂੰ ਦਿਲ ਨਹੀਂ ਕਰਦਾ, ਕਿਤੇ ਜਾਣਾ ਵੀ ਹੋਵੇ ਤਾਂ ਅਸੀਂ ਟਾਲਾ ਵੱਟ ਲੈਂਦੇ ਹਾਂ ਕਿ ਭਾਈ ਇੰਨੀ ਠੰਡ 'ਚ ਕੀ ਲੋੜ ਹੈ ਜਾਣ ਦੀ, ਇੱਥੇ ਬੈਠੇ ਰਹੀਏ। ਸੋ ਬਾਹਰੀ ਮੌਸਮ ਜਿਹੜਾ ਹੈ ਉਹ ਜਿੱਥੇ ਸਰੀਰ 'ਤੇ ਅਸਰ ਕਰਦਾ ਹੈ ਉੱਥੇ ਮਨ 'ਤੇ ਵੀ ਇਸਦਾ ਪ੍ਰਭਾਵ ਪੈਂਦਾ ਹੈ, ਮਨ ਵੀ ਜਿਹੜਾ ਹੈ ਉਸ ਰੁੱਤ ਦੇ ਪ੍ਰਭਾਵ ਹੇਠ ਆ ਜਾਂਦਾ ਹੈ। ਅਤੇ ਇਸ ਅੱਸੂ ਦੇ ਮਹੀਨੇ ਦੇ ਅੰਦਰ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਜਦੋਂ ਰੁੱਤ ਬਦਲਦੀ ਹੈ ਸੋ ਮਨ ਦੇ ਅੰਦਰ ਚਾਅ ਪੈਦਾ ਹੁੰਦਾ ਹੈ ਕਿ ਉਸ ਪਿਤਾ ਪਰਮਾਤਮਾ ਨੂੰ ਮਿਲਿਆ ਜਾ ਸਕੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਵਾਰੰਵਾਰ ਇਹ ਯਤਨ ਕਰ ਰਹੇ ਨੇ ਸਮਝਾਉਣ ਦਾ ਕਿ ਭਾਈ ਇਹ ਜਿਹੜਾ ਤੇਰਾ ਸਰੀਰ ਹੈ ਜੀਵ ਇਸਤਰੀ ਦੇ ਰੂਪ ਦੇ ਵਿੱਚ ਉਸ ਪਿਤਾ ਪਰਮਾਤਮਾ ਆਪਣੇ ਪਤੀ ਨੂੰ ਮਿਲਣ ਵਾਸਤੇ ਤੈਨੂੰ ਦਿੱਤਾ ਹੈ ਕਿ ਜਿਹੜਾ ਆਤਮਾ ਦਾ ਅੰਸ਼ ਇਸ ਸਰੀਰ 'ਚ ਪਾਇਆ ਹੈ ਉਹ ਪ੍ਰਭੂ ਤੋਂ ਆਪਣੇ ਖਸਮ ਤੋਂ ਵਿਛੜ ਕੇ ਆਇਆ ਹੈ ਅਤੇ ਇਸ ਸਰੀਰ ਦੇ ਅੰਦਰ ਕਮਾਈ ਕਰਕੇ ਉਹਦੇ ਨਾਲ ਦੁਬਾਰਾ ਜੁੜਿਆ ਜਾ ਸਕਦਾ ਹੈ। ਸੋ ਇਸ ਰੁੱਤ ਦੇ ਅੰਦਰ ਇਹ ਆਤਮਾ ਪੁਕਾਰ ਕਰਦੀ ਹੈ, ਮਨ ਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ, ਮਨ ਦੇ ਅੰਦਰ ਚਾਅ ਪੈਦਾ ਹੁੰਦਾ ਹੈ ਕਿ ਮੈਂ ਉਸ ਪਤੀ ਪਰਮਾਤਮਾ ਨੂੰ ਮਿਲਾਂ, ਉਹਦੇ ਨਾਲ ਸਾਂਝ ਕਰ ਸਕਾਂ। ਅਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਉਹਨੂੰ ਮਿਲਿਆ ਕਿਵੇਂ ਜਾਵੇ, ਉਸ ਪਿਆਰੇ ਦੇ ਨਾਲ ਸਾਂਝ ਬਣੇ ਅਤੇ ਬਣੇ ਕਿਵੇਂ, ਮੇਰੇ ਮਨ ਦੇ ਅੰਦਰ ਜੋ ਇਹ ਤਰੰਗਾਂ ਉੱਠ ਰਹੀਆਂ ਨੇ ਜਾਂ ਮਨ ਦੇ ਅੰਦਰ ਜੋ ਪ੍ਰੇਮ ਦਾ ਫੁਰਨਾ ਫੁੱਟ ਰਿਹਾ ਹੈ ਉਸ ਪਿਤਾ ਪਰਮਾਤਮਾ ਵਾਸਤੇ, ਇਸ ਨੂੰ ਪੂਰਿਆ ਕਿਵੇਂ ਕੀਤਾ ਜਾ ਸਕੇ, ਕਿਵੇਂ ਉਹਦੇ ਨਾਲ ਮਿਲਿਆ ਜਾ ਸਕੇ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਸੋ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ ਮਨ ਤਨ ਪਿਆਸ ਦਰਸ਼ਨ ਘਣੀ, ਕਿ ਜਿੱਥੇ ਸਰੀਰ ਕਰਕੇ ਵੀ ਅਤੇ ਉੱਥੇ ਮਨ ਕਰਕੇ ਵੀ ਇਸ ਮਨ ਦੇ ਅੰਦਰ ਇੱਕ ਐਸੀ ਤ੍ਰੇਹ ਲੱਗੀ ਹੈ, ਇੱਕ ਐਸੀ ਪਿਆਸ ਲੱਗੀ ਹੈ ਕਿ ਉਸ ਪਿਤਾ ਪਰਮਾਤਮਾ ਦੇ ਨਾਲ ਮੇਰਾ ਮੇਲ ਹੋ ਜਾਵੇ ਅਤੇ ਉਸ ਪਿਤਾ ਪਰਮਾਤਮਾ ਦੇ ਨਾਲ ਮੈਨੂੰ ਕੋਈ ਮਿਲਾ ਦੇਵੇ। ਅਤੇ ਸੰਗਤ ਜੀ, ਮਨੁੱਖੀ ਸਰੀਰ ਦੀ ਇਹ ਬਿਰਤੀ ਹੈ
ਕਿਤੇ ਕੋਈ ਬਹੁਤੀ ਜ਼ਿਆਦਾ ਖੁਸ਼ੀ ਹੋਵੇ ਤਦ ਵੀ ਸਭ ਤੋਂ ਪਹਿਲਾਂ ਮਨ ਦੇ ਅੰਦਰ ਮਾਂ ਦਾ ਖਿਆਲ ਆਉਂਦਾ ਹੈ। ਕਿਤੇ ਕੋਈ ਸਤਿਗੁਰੂ ਕਿਰਪਾ ਕਰੇ, ਉਹਦੇ ਭਾਣੇ ਦੇ ਅੰਦਰ ਕੋਈ ਦੁੱਖ ਆ ਜਾਵੇ, ਕੋਈ ਗਮ ਆ ਜਾਵੇ, ਤਦ ਵੀ ਮਨੁੱਖ ਸਭ ਤੋਂ ਭਾਵੇਂ ਓਹਲੇ ਹੋ ਜਾਵੇ ਪਰ ਮਨ ਦੇ ਅੰਦਰ ਮਾਂ ਨੂੰ ਯਾਦ ਕਰਦਾ ਹੈ ਕਿ ਅੱਜ ਮੇਰੀ ਮਾਂ ਮੇਰੇ ਕੋਲ ਹੋਵੇ। ਸੋ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਂ ਦਾ ਰੁਤਬਾ ਇੱਕ ਐਸਾ ਵੱਡਾ ਰੁਤਬਾ ਦਿੱਤਾ ਹੈ ਕਿ ਮਨੁੱਖ ਹਰ ਖੁਸ਼ੀ ਗਮੀ ਦੇ ਅੰਦਰ ਆਪਣੀ ਮਾਂ ਨੂੰ ਯਾਦ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਪਿਤਾ ਦੇ ਨਾਲ ਕੋਈ ਮੋਹ ਨਹੀਂ, ਪਰ ਜਿਸ ਮਾਤਾ ਨੇ 9 ਮਹੀਨੇ ਪੇਟ ਦੇ ਅੰਦਰ ਰੱਖ ਕਰਕੇ ਪਾਲਿਆ ਪੋਸਿਆ ਹੈ, ਜਿਸ ਮਾਤਾ ਦਾ ਦੁੱਧ ਪੀ ਕਰਕੇ ਵੱਡਾ ਹੋਇਆ ਹੈ, ਉਸ ਮਾਤਾ ਦੇ ਨਾਲ ਸਨੇਹ ਜਰਾ ਵੱਧ ਹੁੰਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ, ਆਪ ਜੀ ਨੇ ਗੁਰਬਾਣੀ ਸਰਵਣ ਕੀਤੀ ਹੋਵੇਗੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਹੇ ਪਰਮਾਤਮਾ, ਹੇ ਵਾਹਿਗੁਰੂ। ਇੱਕ ਐਸੀ ਅਵਸਥਾ ਸੰਗਤ ਜੀ ਬਣ ਜਾਂਦੀ ਹੈ ਕਿ ਜਦੋਂ ਫਿਰ ਉਹ ਸਾਡਾ ਮਿੱਤਰ ਵੀ ਹੈ, ਸਾਡਾ ਪਿਤਾ ਵੀ ਹੈ, ਸਾਡੀ ਮਾਤਾ ਵੀ ਹੈ, ਸਾਡਾ ਸਾਕ ਸੰਬੰਧੀ ਵੀ ਹੈ। ਜਿੱਥੇ ਸਾਡਾ ਗੁਰੂ ਹੈ ਉੱਥੇ ਉਸ ਗੁਰੂ ਦੇ ਨਾਲ ਜਦੋਂ ਰਿਸ਼ਤਾ ਬਣ ਜਾਵੇ ਤਾਂ ਫਿਰ ਉਹ ਸਭ ਰਿਸ਼ਤਿਆਂ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਉਹ ਗੁਰੂ ਦੇ ਪਿਆਰੇ ਫਿਰ ਉਸਨੂੰ ਆਪਣਾ ਮਿੱਤਰ, ਸੱਜਣ, ਮਾਤਾ, ਪਿਤਾ ਸਭ ਸਮਝਦੇ ਨੇ। ਸੋ ਇੱਥੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਉਹ ਮਾਤਾ ਰੂਪੀ ਸ਼ਬਦ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਰਤਿਆ ਹੈ, ਕੋਈ ਆਣ ਮਿਲਾਵੇ ਮਾਏ ਕਿ ਹੇ ਮਾਤਾ ਰੂਪ ਪਰਮਾਤਮਾ, ਮੈਨੂੰ ਦੱਸ ਕਿ ਤੇਰੇ ਦਰਸ਼ਨਾਂ ਦੀ ਪਿਆਸ ਜਿਹੜੀ ਇਸ ਮਨ ਨੂੰ ਲੱਗੀ ਹੈ, ਤੇਰੇ ਤੱਕ ਪਹੁੰਚਣ ਵਾਸਤੇ ਕਿਹੜਾ ਮੇਰਾ ਸਹਾਈ ਹੋਵੇ, ਕਿਹਨੂੰ ਮੈਂ ਪੁੱਛਾਂ, ਕਿਹਦੇ ਕੋਲ ਜਾਵਾਂ ਜਿਹੜਾ ਮੇਰੇ ਇਸ ਮਨ ਦੇ ਰੋਗ ਨੂੰ ਦੂਰ ਕਰੇ, ਤਾਂ ਜੋ ਤੇਰੇ ਦਰ ਘਰ ਦਾ ਮੈਨੂੰ ਕੋਈ ਪਤਾ ਦੱਸ ਦੇਵੇ, ਮੇਰੇ ਮਨ ਦੀ ਪਿਆਸ ਨੂੰ ਬੁਝਾਉਣ ਵਾਸਤੇ ਮੇਰੇ ਲਈ ਸਹਾਈ ਬਣੇ। ਉਸ ਪਿਤਾ ਪਰਮਾਤਮਾ ਦੇ ਅੱਗੇ ਫਰਿਆਦ ਕੀਤੀ ਜਾ ਰਹੀ ਹੈ। ਸੰਤ ਸਹਾਈ ਪ੍ਰੇਮ ਕੇ ਹਉ ਤੈਨ ਕੈ ਲਾਗਾ ਪਾਏ। ਤੇ ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਸੰਤ ਸਹਾਈ ਪ੍ਰੇਮ ਕੇ ਹਉ ਤੈਨ ਕੈ ਲਾਗਾ ਪਾਏ, ਕਿ ਉਸ ਪਿਤਾ ਪਰਮਾਤਮਾ ਦਾ ਨਾਮ ਜਪਣ ਵਾਲੇ ਉਹ ਸੰਤ, ਉਹ ਮਹਾਂਪੁਰਖ, ਉਹ ਬ੍ਰਹਮ ਗਿਆਨੀ ਜਿਨ੍ਹਾਂ ਨੇ ਉਹਨੂੰ ਧਿਆਇਆ ਅਤੇ ਉਹਨੂੰ ਪਾਲਿਆ। ਅਤੇ ਸੰਗਤ ਜੀ, ਮੇਰਾ ਖਿਆਲ ਹੈ ਕਿ ਆਪ ਜੀ ਦੇ ਜਿਸ ਅਸਥਾਨ 'ਤੇ ਬਹਿ ਕਰਕੇ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਪਮਾ ਸੁਣ ਰਹੇ ਹਾਂ, ਸੋ ਉਹ ਗੁਰੂ ਕੇ ਪਿਆਰੇ, ਉਹ ਮਹਾਂਪੁਰਸ਼ਾਂ ਦੀ ਮੈਨੂੰ ਕੋਈ ਬਹੁਤੀ ਵਡਿਆਈ ਕਰਨ ਦੀ ਲੋੜ ਨਹੀਂ, ਇਹ ਅਸਥਾਨ ਵੀ ਉਹ ਮਹਾਂਪੁਰਸ਼ਾਂ ਦੇ ਹੀ ਬਣਾਏ ਹੋਏ ਹਨ ਜਿਨ੍ਹਾਂ ਨੇ ਉਸ ਪਿਤਾ ਪਰਮਾਤਮਾ ਦੇ ਨਾਲ ਜੁੜੇ ਅਤੇ ਆਪ ਸੰਗਤਾਂ ਨੂੰ ਜੋੜਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਪਾਸ ਹਰ ਵਕਤ ਅਰਦਾਸਾਂ ਬੇਨਤੀਆਂ ਕੀਤੀਆਂ। ਇੱਕ ਰਿਸ਼ਤਾ ਹੁੰਦਾ ਹੈ ਦੁਨਿਆਵੀ ਰੂਪ ਦਾ, ਸੰਗਤ ਜੀ ਇਸ ਧਰਤੀ 'ਤੇ ਆਏ ਹਾਂ, ਸਤਿਗੁਰ ਨੇ ਕਿਰਪਾ ਕੀਤੀ, ਜਦੋਂ ਜਨਮ ਹੋਇਆ ਅਤੇ ਜਨਮ ਹੋਣ ਤੋਂ ਬਾਅਦ ਮਾਤਾ ਅਤੇ ਪਿਤਾ ਦਾ ਰਿਸ਼ਤਾ ਬਣਿਆ, ਸੰਬੰਧ ਬਣਿਆ। ਮਾਤਾ ਪਿਤਾ ਵੀ ਉਦੋਂ ਹੀ ਬਣਦੇ ਨੇ ਜਦੋਂ ਬੱਚਾ ਪੈਦਾ ਹੁੰਦਾ, ਉਦੋਂ ਪਹਿਲਾਂ ਇਹ ਰਿਸ਼ਤਾ ਨਹੀਂ। ਭੈਣ ਭਰਾ, ਸੱਜਣ ਮਿੱਤਰ, ਚਾਚੇ ਤਾਏ, ਮਾਸੀਆਂ ਮਾਸੜ, ਉਹ ਰਿਸ਼ਤੇ ਬਾਅਦ ਦੇ ਵਿੱਚ ਬਣਦੇ ਨੇ ਇੱਕ ਦੂਸਰੇ ਦੇ ਸੰਬੰਧ ਦੇ ਨਾਲ। ਮਾਤਾ ਦੇ ਨਾਲ ਸੰਬੰਧ ਬਣਿਆ, ਮੇਰੀ ਮਾਤਾ ਹੈ, ਮਾਤਾ ਦੀਆਂ ਭੈਣਾਂ ਮਾਸੀਆਂ ਬਣ ਗਈਆਂ, ਮਾਤਾ ਦੇ ਮਾਤਾ ਪਿਤਾ ਜਿਹੜੇ ਨੇ ਉਹ ਨਾਨਾ ਨਾਨੀ ਬਣ ਗਏ, ਪਿਤਾ ਦੇ ਨਾਲ ਸੰਬੰਧ ਬਣਿਆ, ਪਿਤਾ ਦੇ ਮਾਤਾ ਪਿਤਾ ਦਾਦਾ ਦਾਦੀ ਬਣ ਗਏ, ਚਾਚੇ ਤਾਏ ਅੱਗੇ ਬਣ ਗਏ, ਸਾਰੇ ਰਿਸ਼ਤੇ ਸਾਰੇ ਸੰਬੰਧ ਬਣ ਜਾਂਦੇ। ਅਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਇੱਕ ਯਾਦ ਰੱਖੀ ਇਸ ਗੱਲ ਨੂੰ ਕਿ ਇਸ ਦੁਨੀਆਂ 'ਤੇ ਜੋ ਕੁਝ ਤੈਨੂੰ ਮਿਲਦਾ ਹੈ ਉਹ ਇਸ ਦੁਨੀਆਂ 'ਤੇ ਛੱਡਣਾ ਪੈਣਾ। ਇੱਥੋਂ ਤੱਕ ਸੰਗਤ ਜੀ, ਕਈ ਵਾਰ ਅਸੀਂ ਮੈਂ ਦੇ ਹੰਕਾਰ ਦੇ ਵਿੱਚ ਇੰਨਾ ਅੱਗੇ ਚਲੇ ਜਾਂਦੇ ਹਾਂ ਕਿ ਜੀ ਮੈਂ ਇਹ ਅਤੇ ਮੈਂ ਉਹ, ਪਰ ਇਹ ਭੁੱਲ ਜਾਂਦੇ ਹਾਂ। ਮੈਂ ਪਿਛਲੇ ਦਿਨੀ ਵੀ ਸਾਂਝ ਕੀਤੀ ਸੀ ਕਿ ਭਾਈ ਮੇਰਾ ਤਾਂ ਕੁਝ ਹੈ ਨਹੀਂ, ਸਰੀਰ ਮਿਲਿਆ ਮਾਤਾ ਪਿਤਾ ਦੇ ਸੰਬੰਧ ਤੋਂ, ਆਤਮਾ ਰੂਪੀ ਅੰਸ਼ ਪਰਮਾਤਮਾ ਨੇ ਪਾਇਆ ਹੈ ਇਸ ਧਰਤੀ 'ਤੇ ਆ ਕਰਕੇ। ਜੇਕਰ ਮੈਂ ਆਪਣੇ ਨਾਮ ਦੀ ਵੀ ਗੱਲ ਕਰਾਂ, ਉਹ ਵੀ ਮੇਰੇ ਰਿਸ਼ਤੇਦਾਰ, ਮੇਰੇ ਮਾਤਾ ਪਿਤਾ ਨੇ ਮੈਨੂੰ ਦਿੱਤਾ ਹੈ, ਮੇਰਾ ਆਪਣਾ ਹੈ ਕੀ? ਅਤੇ ਅਸੀਂ ਉਸ ਨਾਮ ਨੂੰ ਵੱਡਾ ਕਰਨ ਵਾਸਤੇ, ਉਸ ਨਾਮ ਦੇ ਸਹਾਰੇ ਦੂਜਿਆਂ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਾਂ,
ਪਰਮਤਾ ਖਿਆਲ ਕਰਿਓ ਕਿ ਸਾਡਾ ਕੁਝ ਹੈ, ਸਵਾਸ ਉਹਦੇ ਦਿੱਤੇ ਨੇ, ਸਰੀਰ ਉਹਦਾ ਦਿੱਤਾ ਹੈ, ਆਤਮਾ ਉਹਦੀ ਭੇਜੀ ਹੋਈ ਹੈ, ਇੱਥੋਂ ਤੱਕ ਕਿ ਸਾਡਾ ਨਾਮ ਵੀ ਸਾਡਾ ਨਹੀਂ, ਤੇ ਫਿਰ ਕਿਸ ਗੱਲ ਦਾ ਗੁਮਾਨ ਚੁੱਕੀ ਫਿਰਦੇ ਆ ਕਿ ਸਾਡਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਇਸ ਦੁਨੀਆਂ ਤੇ ਮਿਲੇ ਰਿਸ਼ਤੇ ਇਸ ਦੁਨੀਆਂ ਤੇ ਛੱਡਣੇ ਪੈਣਗੇ, ਪਰ ਸੰਗਤ ਜੀ ਇੱਕ ਰਿਸ਼ਤਾ ਐਸਾ ਹੈ ਜਿਹੜਾ ਤੋੜ ਨਿਭਦਾ ਹੈ, ਉਹ ਰਿਸ਼ਤਾ ਹੈ ਪ੍ਰੇਮ ਦਾ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਸੰਤ ਸਹਾਈ ਪ੍ਰੇਮ ਕੇ, ਕਿ ਉਹਨਾਂ ਪਿਆਰਿਆਂ ਨੇ ਜਿਹਨਾਂ ਪ੍ਰਭੂ ਦੇ ਨਾਲ ਪ੍ਰੇਮ ਬਣਾ ਲਿਆ ਤੇ ਪ੍ਰੇਮ ਦਾ ਰਿਸ਼ਤਾ ਕਾਇਮ ਕਰ ਲਿਆ, ਮਾਤਾ ਪਿਤਾ ਦੀ ਕਿਰਪਾ ਦੁਆਰਾ ਇਸ ਸੰਸਾਰ ਤੇ ਆਏ ਹਾਂ, ਤੇ ਸੰਗਤ ਜੀ ਇੱਕ ਦਿਨ ਸਾਨੂੰ ਉਹਨਾਂ ਨੂੰ ਵੀ ਵਿਛੋੜਾ ਪਵੇਗਾ, ਮਾਤਾ ਵੀ ਜਾਵੇਗੀ, ਪਿਤਾ ਵੀ ਜਾਵੇਗਾ, ਅਸੀਂ ਵੀ ਚਲੇ ਜਾਣਾ ਹੈ, ਧਰਮ ਸੁਪਤਨੀ ਵੀ ਜਾਵੇਗੀ, ਬੱਚਿਆਂ ਨੇ ਵੀ ਚਲੇ ਜਾਣਾ ਹੈ, ਜੋ ਆਇਆ ਉਹਨੇ ਵਿਨਸਣਾ ਹੈ। ਪਰ ਇੱਕ ਰਿਸ਼ਤਾ ਜਿਹੜਾ ਪ੍ਰੇਮ ਦਾ ਹੈ ਉਸ ਪਰਮਾਤਮਾ ਦੇ ਨਾਲ, ਉਹ ਜੁੜਦਾ ਬੜੀ ਮੁਸ਼ਕਲ ਨਾਲ ਹੈ, ਪਰ ਜੇ ਉਹ ਜੁੜ ਜਾਵੇ ਤਾਂ ਫਿਰ ਉਹ ਟੁੱਟਦਾ ਨਹੀਂ, ਉਹ ਵਿਨਸਦਾ ਨਹੀਂ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਇੱਥੇ ਵੀ ਤੇ ਉੱਥੇ ਵੀ ਦੋਨਾਂ ਜਹਾਨਾਂ ਦੇ ਵਿੱਚ ਉਹ ਪਰਮਾਤਮਾ ਤੇਰਾ ਸਹਾਈ ਬਣ ਜਾਂਦਾ ਹੈ, ਉਹਦੇ ਨਾਲ ਲਾਉਣੀ ਬੜੀ ਔਖੀ ਹੈ, ਪਰ ਜਿਹੜਾ ਉਹਦੇ ਨਾਲ ਜੁੜ ਗਿਆ, ਜਿਹੜਾ ਉਹਦੇ ਨਾਲ ਪ੍ਰੀਤ ਪਾ ਲਈ ਤੇ ਪ੍ਰੇਮ ਦਾ ਸੰਬੰਧ ਉਸ ਪਰਮਾਤਮਾ ਨਾਲ ਜੁੜ ਗਿਆ, ਫਿਰ ਉਹ ਸੰਬੰਧ ਨਹੀਂ ਜੇ ਟੁੱਟਦਾ। ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਉਹਨਾਂ ਗੁਰੂ ਕੇ ਪਿਆਰਿਆਂ ਨੇ ਇਸ ਗੱਲ ਨੂੰ ਸਮਝਿਆ ਹੈ, ਉਸ ਪ੍ਰਭੂ ਪਿਤਾ ਦੇ ਨਾਲ ਪ੍ਰੇਮ ਦਾ ਰਿਸ਼ਤਾ ਜੋੜਿਆ ਹੈ, ਸੰਤ ਸਹਾਈ ਪ੍ਰੇਮ ਕੇ ਹੁਣ ਤਿਲ ਕੇ ਲੱਗਾ ਪਾਏ ਕਿ ਉਹਨਾਂ ਦੇ ਚਰਨ ਫੜ ਕਰਕੇ ਉਹਨਾਂ ਦੇ ਕੋਲ ਜਾ ਕਰਕੇ ਉਸ ਪਿਤਾ ਪਰਮਾਤਮਾ ਦੇ ਨਾਲ ਸੰਬੰਧ ਜੋੜਨ ਵਿੱਚ ਸਹਾਇਤਾ ਮਿਲ ਸਕਦੀ ਹੈ। ਤੇ ਜਿਵੇਂ ਸੰਗਤ ਜੀ ਗੁਰਦੁਆਰਾ ਸਾਹਿਬ ਆਏ ਆ, ਘਰ ਤੋਂ ਚੱਲੇ ਆ, ਕੋਈ ਗੁਰਮੁਖ ਪਿਆਰਾ ਬੱਸ ਤੇ ਆਇਆ ਹੋਵੇਗਾ, ਕੋਈ ਗੱਡੀ ਤੇ ਆਇਆ ਹੋਵੇਗਾ, ਕੋਈ ਚੱਲ ਕੇ ਆਇਆ ਹੋਵੇਗਾ। ਸੋ ਮੈਂ ਜਿਹੜਾ ਵਚਨ ਕਰਨ ਜਾ ਰਿਹਾ, ਜਰਾ ਧਿਆਨ ਦੇਣਾ ਕਿ ਘਰ ਤੋਂ ਜਦੋਂ ਚੱਲੇ ਸਾਂ, ਕੋਈ ਚਾਰ ਕਦਮ ਚੱਲਣਾ ਪਿਆ ਹੈ ਤੇ ਫਿਰ ਗੁਰੂ ਦੀ ਗੋਦ 'ਚ ਆਏ ਹਾਂ। ਕੋਈ ਬੱਸ 'ਤੇ ਆਇਆ ਹੈ, ਕੋਈ 15 ਵੀਹ ਮਿੰਟ ਲੱਗੇ ਹੋਣਗੇ, ਕਿਸੇ ਕੋਲ ਗੱਡੀ ਹੈ, ਕੋਈ 10 ਮਿੰਟ 'ਚ ਆ ਗਿਆ ਹੋਵੇਗਾ। ਜਿਹੋ ਜਿਹੋ ਜਿਹੇ ਸਾਧਨ ਨੂੰ ਲੈ ਕਰਕੇ ਗੁਰੂ ਦੀ ਸ਼ਰਨ 'ਚ ਆਏ ਹਾਂ, ਉੱਥੋਂ ਚੱਲਣਾ ਪਿਆ ਹੈ ਤੇ ਫਿਰ ਇੱਥੇ ਪਹੁੰਚੇ ਹਾਂ। ਜੇਕਰ ਉੱਥੇ ਬੈਠੇ ਇਹ ਗੱਲ ਕਹਿ ਦਿੰਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰ ਲਈ, ਤੇ ਇਹ ਮੁਮਕਿਨ ਨਹੀਂ ਸੀ। ਹੀਲਾ ਕਰਨਾ ਪਿਆ ਹੈ, ਵਸੀਲੇ ਨੂੰ ਵਰਤ ਕੇ ਤੇ ਫਿਰ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਏ ਹਾਂ। ਇਸੇ ਪ੍ਰਕਾਰ ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਉਸ ਪ੍ਰਭੂ ਦੇ ਨਾਲ ਸੰਬੰਧ ਜੋੜਨ ਵਾਸਤੇ ਮਿਹਨਤ ਕਰਨੀ ਪੈਣੀ ਹੈ, ਕਮਾਈ ਕਰਨੀ ਪੈਣੀ ਹੈ। ਤੇ ਅੱਜ ਕੱਲ੍ਹ ਦਾ ਸਮਾਂ ਸੰਗਤ ਜੀ ਨੈਵੀਗੇਸ਼ਨ ਦਾ ਸਮਾਂ ਹੈ। ਜਿੱਥੇ ਜਾਣਾ ਹੁੰਦਾ ਹੈ ਐਡਰੈਸ ਵਿੱਚ ਪਾ ਦਿੰਦੇ ਹਾਂ, ਤੇ ਉਹ ਸਾਨੂੰ ਸਿੱਧਾ ਉਸ ਪੁਆਇੰਟ ਤੇ ਜਾ ਕਰਕੇ ਲੈ ਜਾਂਦਾ ਹੈ। ਤੇ ਜੇਕਰ ਕੋਈ ਅੱਖਰ ਉੱਚਾ ਨੀਵਾਂ ਪਾ ਦਿੱਤਾ ਜਾਵੇ, ਕੋਈ ਨੰਬਰ ਗਲਤ ਪਾ ਦਈਏ, ਤੇ ਉਸ ਜਗ੍ਹਾ ਦੇ ਦੁਆਲੇ ਦੁਆਲੇ ਘੁੰਮਦੇ ਰਹਾਂਗੇ ਤੇ ਉੱਥੇ ਪਹੁੰਚਾਂਗੇ ਨਹੀਂ। ਇਸੇ ਹੀ ਪ੍ਰਕਾਰ ਉਸ ਪ੍ਰਭੂ ਪਰਮਾਤਮਾ ਦੇ ਜਿਹੜੇ ਪਿਆਰੇ ਨੇ, ਉਹ ਇੱਕ ਨੈਵੀਗੇਸ਼ਨ ਦੀ ਤਰ੍ਹਾਂ ਤੁਹਾਡਾ ਸਿੱਧਾ ਸੰਬੰਧ ਉਸ ਪਰਮਾਤਮਾ ਦੇ ਨਾਲ ਜੋੜਨ ਵਿੱਚ ਸਹਾਈ ਹੁੰਦੇ ਨੇ ਕਿ ਭਾਈ ਤੈਨੂੰ ਝੂਠਿਆਂ ਦੇ ਮਗਰ ਲੱਗ ਕਰਕੇ, ਅਧੂਰਿਆਂ ਦੇ ਮਗਰ ਲੱਗ ਕਰਕੇ ਇਸ ਜਾਮੇ ਦੇ ਅੰਦਰ ਫਿਰਨਾ ਨਾ ਪਵੇ। ਅਸੀਂ ਉਸ ਪਿਤਾ ਪਰਮਾਤਮਾ ਦੀ ਸੇਵਾ ਕੀਤੀ, ਉਹਦਾ ਸਿਮਰਨ ਕੀਤਾ, ਉਹਦੀ ਭਜਨ ਬੰਦਗੀ ਕੀਤੀ, ਅਸੀਂ ਉਸ ਨੂੰ ਪਾ ਲਿਆ, ਤੇ ਅਸੀਂ ਤੈਨੂੰ ਦੱਸਦੇ ਹਾਂ ਕਿ ਭਾਈ ਆਹ ਮਾਰਗ ਜਾਂਦਾ ਹੈ ਉਸ ਪਰਮਾਤਮਾ ਤੱਕ, ਇਹਦੇ ਤੇ ਚੱਲ ਪਏਗਾ ਤੇ ਤੇਰਾ ਪਾਰ ਉਤਾਰਾ ਹੋ ਜਾਵੇਗਾ, ਤੇ ਜੇਕਰ ਝੂਠਿਆਂ ਦਾ ਸਹਾਰਾ ਲੈ ਕੇ ਘੁੰਮਦਾ ਰਹੇਗਾ ਤੇ ਉਸ ਪਰਮਾਤਮਾ ਤੱਕ ਪਹੁੰਚ ਨਹੀਂ ਸਕੇਗਾ। ਸੋ ਉਸ ਪਰਮਾਤਮਾ ਦੇ ਪਿਆਰੇ ਜਿਨ੍ਹਾਂ ਨੇ ਪ੍ਰੇਮ ਦੇ ਰਸਤੇ ਰਾਹੀਂ ਉਸ ਪਰਮਾਤਮਾ ਨੂੰ ਪਾ ਲਿਆ, ਉਹਨਾਂ ਦੀ ਚਰਨ ਸ਼ਰਨ ਵਿੱਚ ਜਾ ਤੇ ਉਹ ਤੇਰੀ ਸਹਾਇਤਾ ਕਰਕੇ ਤੈਨੂੰ ਉਸ ਪਰਮਾਤਮਾ ਦੇ ਨਾਲ ਜੋੜ ਸਕਦੇ ਹਨ। ਤੇ ਧੰਨ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਵੀ ਇਹ ਬਚਨ ਕਰਦੇ ਹਨ, ਸਾਚ ਕਹੂੰ ਸੁਣ ਲਿਹੋ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਸੱਚੇ ਪਾਤਸ਼ਾਹ ਜੀ ਨਾਲ ਇਹ ਵੀ ਗੱਲ ਕਰਦੇ ਨੇ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਹਰ ਥਾਂ ਦੇ ਉੱਪਰ ਪਰਮਾਤਮਾ ਅਨੁਰਾਗ ਰੂਪ ਹੋ ਕਰਕੇ, ਪ੍ਰੇਮ ਰੂਪ ਹੋ ਕਰਕੇ ਵਸਿਆ ਹੈ। ਤੇ ਜੇਕਰ ਉਹਨੂੰ ਪਾਉਣਾ ਹੈ ਭਾਈ, ਤੇ ਪ੍ਰੇਮ ਦੇ ਨਾਲ ਹੀ ਪਾਇਆ ਜਾ ਸਕਦਾ ਹੈ, ਗਿਆਨ ਦੇ ਨਾਲ, ਆਪਣੀ ਬੁੱਧੀ ਦੇ ਨਾਲ,
ਆਪਣੇ ਆਪ ਨੂੰ ਵੱਡਾ ਸਮਝ ਕੇ ਉਸ ਪਰਮਾਤਮਾ ਤੱਕ ਪਹੁੰਚ ਨਹੀਂ ਹੁੰਦੀ। ਨਿਮਰਤਾ ਅਤੇ ਪ੍ਰੇਮ ਦੇ ਨਾਲ ਉਸ ਪਰਮਾਤਮਾ ਦੇ ਚਰਨਾਂ 'ਚ ਜਾਈਏ ਅਤੇ ਸਤਿਗੁਰੂ ਜੀ ਪ੍ਰਵਾਨ ਕਰਦੇ ਹਨ ਅਤੇ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਪ੍ਰੇਮ ਕਰਕੇ ਉਸ ਪਰਮਾਤਮਾ ਨੂੰ ਪਾਇਆ, ਉਹਨਾਂ ਦੀ ਚਰਨ ਛਰਨ ਜਾ ਕਰਕੇ ਉਹਨਾਂ ਦੀ ਸੰਗਤ ਕਰਕੇ ਆਪਾਂ ਵੀ ਉਸ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਬੈਣ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਾਹੀਂ ਜਾਏ। ਅਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਉਸ ਪਿਤਾ ਪਰਮਾਤਮਾ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ। ਸੋ ਸੰਗਤ ਜੀ, ਇੱਕ ਅਵਸਥਾ ਹੁੰਦੀ ਹੈ ਕਿ ਜਦੋਂ ਚੱਲਦੇ ਹਾਂ ਅਤੇ ਫਿਰ ਜਾ ਕੇ ਪਹੁੰਚਦੇ ਹਾਂ। ਕਿਸੇ ਦੁਕਾਨ 'ਤੇ ਜਾਣਾ ਹੋਵੇ, ਆਪਾਂ ਕੋਈ ਸਮਾਨ ਲੈਣਾ ਹੋਵੇ, ਮਨ ਦੀ ਇੱਛਾ ਹੁੰਦੀ ਹੈ ਕਿ ਅਸੀਂ ਇਹ ਚੀਜ਼ ਲੈਣੀ ਹੈ, ਜਾ ਕਰਕੇ ਦੇਖਦੇ ਹਾਂ, ਵਸਤੂ ਵੀ ਉੱਥੇ ਪਈ ਹੁੰਦੀ ਹੈ ਪਰ ਮਨ ਨੂੰ ਲੱਗਦੀ ਨਹੀਂ, ਅਸੀਂ ਉਹ ਦੁਕਾਨ ਛੱਡ ਕਰਕੇ ਦੂਜੀ 'ਤੇ ਚਲੇ ਜਾਂਦੇ ਹਾਂ। ਦੂਜੀ ਤੋਂ ਵੀ ਚੀਜ਼ ਪਸੰਦ ਨਹੀਂ ਆਉਂਦੀ, ਅਸੀਂ ਤੀਜੀ 'ਤੇ ਚਲੇ ਜਾਂਦੇ ਹਾਂ ਅਤੇ ਜਿਸ ਜਗ੍ਹਾ 'ਤੇ ਜਾ ਕਰਕੇ ਸਾਨੂੰ ਵਸਤੂ ਪਸੰਦ ਆ ਜਾਂਦੀ ਹੈ ਅਤੇ ਅਸੀਂ ਉੱਥੋਂ ਲੈ ਲੈਂਦੇ ਹਾਂ। ਇਸੇ ਹੀ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਜਦੋਂ ਤੈਨੂੰ ਇਹ ਸਮਝ ਆ ਗਈ ਕਿ ਭਾਈ ਇਹ ਸੱਚਾ ਦਰਬਾਰ ਹੈ, ਜਿਹੜੀ ਚੀਜ਼ ਦੀ ਤੂੰ ਭਾਲ ਦੇ ਵਿੱਚ ਹੈ, ਜਿਹਨੂੰ ਤੂੰ ਲੱਭ ਰਿਹਾ ਹੈ, ਉਹ ਹੋਰ ਕਿਤੇ ਨਹੀਂ ਜੇ ਮਿਲਣੀ ਇੱਥੇ ਮਿਲਣੀ ਹੈ, ਅਤੇ ਜਿਹੜੀ ਵਸਤੂ ਤੁਹਾਡੇ ਮਨ ਨੂੰ ਲੱਗ ਜਾਂਦੀ ਹੈ ਸੰਗਤ ਜੀ, ਫਿਰ ਵਾਰ ਵਾਰ ਭਟਕਣਾ ਨਹੀਂ ਪੈਂਦਾ, ਅਸੀਂ ਸਿੱਧਾ ਉੱਥੇ ਪਹੁੰਚ ਜਾਂਦੇ ਹਾਂ ਕਿ ਭਾਈ ਫਲਾਨੀ ਜਗ੍ਹਾ ਤੋਂ ਸਾਨੂੰ ਉਹ ਚੀਜ਼ ਮਿਲ ਜਾਣੀ ਹੈ, ਕਿਤੇ ਹੋਰ ਭਟਕਣ ਦੀ ਲੋੜ ਨਹੀਂ। ਇਸੇ ਪ੍ਰਕਾਰ ਇਸ ਮਨ ਦੀ ਭੁੱਖ ਜਿਹੜੀ ਹੈ ਉਹ ਸ਼ਬਦ ਦੁਆਰਾ ਮਿਟਣੀ ਹੈ ਅਤੇ ਇਸ ਦੁਨੀਆਂ ਦੇ ਉੱਪਰ ਕੇਵਲ ਅਤੇ ਕੇਵਲ ਇੱਕੋ ਸੱਚਾ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੋਰ ਮੇਰੇ ਵਰਗੇ ਜਿੰਨੇ ਮਰਜ਼ੀ ਸੰਗਤ ਜੀ ਸ਼ਬਦ ਦੀ ਗੱਲ ਕਰਦੇ ਹੋਣ, ਪਰਮਾਤਮਾ ਦੇ ਨਾਲ ਮਿਲਣ ਦੀ ਗੱਲ ਕਰਦੇ ਹੋਣ, ਪ੍ਰਭੂ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੱਡਾ ਕੋਈ ਨਹੀਂ ਜੇ ਹੋ ਸਕਦਾ। ਉਸ ਪਰਮਾਤਮਾ ਤੋਂ ਬਗੈਰ ਜੇਕਰ ਕੋਈ ਇਸ ਗੱਲ ਦਾ ਦਾਅਵਾ ਕਰੇ ਕਿ ਸ਼ਾਇਦ ਮੈਂ ਪਰਮਾਤਮਾ ਬਣ ਬੈਠਾ, ਨਹੀਂ ਭਾਈ, ਉਸ ਪਰਮਾਤਮਾ ਦੇ ਪਿਆਰੇ ਤਾਂ ਹੋ ਸਕਦੇ ਨੇ ਪਰ ਉਸ ਪਰਮਾਤਮਾ ਦੇ ਤੁੱਲ ਉਸ ਪਰਮਾਤਮਾ ਦੇ ਬਰਾਬਰ ਕੋਈ ਨਹੀਂ ਹੋ ਸਕਦਾ। ਅਤੇ ਨਾਲ ਸਤਿਗੁਰੂ ਜੀ ਇਹ ਵੀ ਕਿਰਪਾ ਕਰਦੇ ਨੇ ਜਿਹੜਾ ਨਿਮਰਤਾ ਦੇ ਨਾਲ ਸਾਦਗੀ ਦੇ ਨਾਲ ਪਰਮਾਤਮਾ ਦੀ ਸੇਵਾ 'ਚ ਜੁੱਟ ਗਿਆ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ, ਅਤੇ ਫਿਰ ਉਸ ਜਲ ਦੀ ਤਰੰਗ ਦੀ ਨਿਆਈ ਹੋ ਜਾਂਦੇ ਨੇ ਕਿ ਪ੍ਰਭੂ ਅਤੇ ਪ੍ਰਭੂ ਦੇ ਪਿਆਰਿਆਂ ਦਾ ਫਰਕ ਕੋਈ ਨਹੀਂ ਰਹਿ ਜਾਂਦਾ, ਪਰਮਾਤਮਾ ਤੇ ਉਹ ਇੱਕੋ ਹੀ ਹੋ ਜਾਂਦੇ ਨੇ। ਪਰ ਗੁਰੂ ਸਾਹਿਬ ਜੀ ਦੇ ਤੁੱਲ ਅਸੀਂ ਕਿਸੇ ਨੂੰ ਨਹੀਂ ਬਿਠਾ ਸਕਦੇ, ਗੁਰੂ ਸਾਹਿਬ ਸੱਚਾ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਅਤੇ ਇਸ ਕਰਕੇ ਭਾਈ ਜਦੋਂ ਇਹ ਗੱਲ ਸਮਝ ਆ ਗਈ ਕਿ ਹੋਰ ਦੂਜੇ ਦੀ ਲੋੜ ਕੋਈ ਨਹੀਂ, ਇੱਕੋ ਉਹ ਓਅੰਕਾਰ ਤੋਂ ਲੈ ਕਰਕੇ 18, 10, 20 ਤੱਕ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਨਾਲ ਜੋੜਿਆ, ਅਤੇ ਉਸ ਇੱਕ ਦੀ ਸ਼ਰਨ ਜਦੋਂ ਆ ਗਏ ਫਿਰ ਦੂਈ ਦੁਵੈਤ ਦੀ ਗੱਲ ਨਹੀਂ, ਦੂਜੇ ਥਾਂ ਜਾਣ ਦੀ ਲੋੜ ਨਹੀਂ ਪੈਂਦੀ, ਕਿਸੇ ਹੋਰ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ। ਜਦੋਂ ਇੱਕ ਸੰਪੂਰਨ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਵਕਤ ਦੇ ਸੰਪੂਰਨ ਗੁਰੂ ਹਨ। ਅਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਜਦੋਂ ਭਾਈ ਤੈਨੂੰ ਇਹ ਗੱਲ ਸਮਝ ਆ ਗਈ ਕਿ ਕਿਸੇ ਹੋਰ ਦੇ ਕੋਲ ਜਾਣ ਦੀ ਲੋੜ ਨਹੀਂ, ਕੋਈ ਦੂਜਾ ਤੇ ਬਾਂਹ ਫੜਨ ਵਾਲਾ ਨਹੀਂ, ਹਲਤ ਪਲਤ ਦਾ ਰੱਖਿਅਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਹੀ ਹੈ ਅਤੇ ਇਹਦੀ ਚਰਨ ਛਰਨ ਆ ਕੇ ਤੇਰਾ ਪਾਦ ਉਤਾਰਾ ਹੋਣਾ ਹੈ, ਅਤੇ ਫਿਰ ਕਿਸੇ ਹੋਰ ਵੱਲ ਤੱਕਣ ਦੀ ਉਹ ਜ਼ਰੂਰਤ ਨਹੀਂ ਪੈਂਦੀ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਜਿਨੀ ਚਾਖਿਆ ਪ੍ਰੇਮ ਰਸ, ਸੰਗਤ ਜੀ ਰੋਜ਼ਾਨਾ ਸਰੀਰ ਨੂੰ ਚਲਾਉਣ ਵਾਸਤੇ ਪ੍ਰਸ਼ਾਦਾ ਭੋਜਨ ਛਕਦੇ ਹਾਂ, ਲੰਗਰ ਪ੍ਰਸ਼ਾਦੇ ਚੱਲਦੇ ਨੇ। ਸੋ ਕੁਦਰਤ ਨੇ ਇਹ ਖੇਡ ਬਣਾਈ ਹੈ ਕਿ ਪ੍ਰਸ਼ਾਦਾ ਛਕਦੇ ਹਾਂ, ਸਰੀਰ ਦੇ ਅੰਦਰ ਜਾ ਕੇ ਪ੍ਰਸ਼ਾਦੇ ਦਾ ਪਾਚਨ ਹੁੰਦਾ ਹੈ ਅਤੇ ਉਸ ਪਾਚਨ ਤੋਂ ਬਾਅਦ ਤਾਕਤ ਮਿਲਦੀ ਹੈ, ਤਾਕਤ ਦੇ ਰਾਹੀਂ ਸਰੀਰ ਨੂੰ ਖੂਨ ਬਣਦਾ ਹੈ ਅਤੇ ਖੂਨ ਦੇ ਨਾਲ ਸਾਡਾ ਸਰੀਰ ਉਹ ਚੱਲਦਾ। ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਇਸ ਗੱਲ ਨੂੰ ਸਮਝੋ ਕਿ ਜਿਵੇਂ ਉਸ ਤਾਕਤ ਨੂੰ ਉਸ ਸ਼ਕਤੀ ਨੂੰ ਬਣਾਉਣ ਵਾਸਤੇ ਕੁਦਰਤ ਦਾ ਨਿਯਮ ਹੈ ਕਿ ਪ੍ਰਸ਼ਾਦਾ ਛਕਿਆ ਅਤੇ ਖੂਨ ਬਣਿਆ ਸਰੀਰ ਚੱਲਿਆ ਹੈ, ਇਸੇ ਹੀ ਪ੍ਰਕਾਰ ਉਸ ਪਰਮਾਤਮਾ ਦਾ ਸ਼ਬਦ ਤੇਰੇ ਵਾਸਤੇ, ਤੇਰੀ ਆਤਮਾ ਵਾਸਤੇ ਬੜਾ ਜ਼ਰੂਰੀ ਹੈ।
ਉਹ ਤੈਨੂੰ ਤਾਕਤ ਦਿੰਦਾ ਹੈ, ਉਹ ਤੈਨੂੰ ਬਲ ਦਿੰਦਾ ਹੈ, ਉਹ ਤੈਨੂੰ ਸ਼ਕਤੀ ਦਿੰਦਾ ਹੈ। ਅਤੇ ਉਸ ਪਿਤਾ ਪਰਮਾਤਮਾ ਦੀ ਜਿਹੜੀ ਦੂਈ ਦਵੈਤ ਵਾਲੀ ਭਾਵਨਾ ਤੋਂ ਤੂੰ ਉੱਠ ਕਰਕੇ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ। ਪਰਮਾਤਮਾ ਦੀ ਚੱਪ ਜਿਹੜੀ ਹੈ ਉਹ ਗੋਦ ਦੇ ਵਿੱਚ ਆ ਜਾਂਦਾ ਹੈ ਅਤੇ ਉਹ ਪਰਮਾਤਮਾ ਫਿਰ ਸ਼ਕਤੀ ਰੂਪ ਹੋ ਕਰਕੇ ਤੇਰਾ ਸਹਾਇਕ ਬਣਦਾ ਹੈ ਅਤੇ ਤੇਰੇ ਵਾਸਤੇ ਜਿਹੜਾ ਹੈ ਉਹ ਸਾਰੇ ਦਰਵਾਜ਼ੇ ਖੋਲ੍ਹ ਦਿੰਦਾ ਹੈ। ਯਾਨੀ ਜੀ ਇੱਕ ਵਾਰ ਪੰਕਤੀ ਦੁਬਾਰਾ ਉਚਾਰਨ ਕਰਨਾ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਤ੍ਰਿਪਤੀ ਹੁੰਦੀ ਹੈ ਸੰਗਤ ਜੀ ਜਦੋਂ ਮਨ ਭਰ ਜਾਂਦਾ ਹੈ ਕਿ ਅਸੀਂ ਇਹ ਗੱਲ ਮਹਿਸੂਸ ਕਰ ਲੈਂਦੇ ਹਾਂ ਕਿ ਵੀ ਹੁਣ ਤਸੱਲੀ ਹੋ ਗਈ, ਇਸ ਤੋਂ ਬਾਅਦ ਸਾਨੂੰ ਹੋਰ ਕੁਝ ਨਹੀਂ ਜੇ ਚਾਹੀਦਾ। ਅਤੇ ਉਸ ਪਿਤਾ ਪਰਮਾਤਮਾ ਦਾ ਜਿਹੜਾ ਰਸ ਹੈ, ਜਿਵੇਂ ਪ੍ਰਸ਼ਾਦਾ ਛਕਦੇ ਹਾਂ ਅਤੇ ਖੂਨ ਬਣ ਕੇ ਸਰੀਰ ਚੱਲ ਜਾਂਦਾ ਹੈ, ਇਸੇ ਤਰ੍ਹਾਂ ਉਸ ਸ਼ਬਦ ਦਾ ਜਿਹੜਾ ਰਸ ਹੈ ਉਸ ਦੇ ਨਾਲ ਇਸ ਆਤਮਾ ਦੀ ਤ੍ਰਿਪਤੀ ਹੋ ਕਰਕੇ ਇਸ ਮਨ ਨੂੰ ਤਸੱਲੀ ਹੋ ਜਾਂਦੀ ਹੈ। ਤ੍ਰਿਪਤ ਅਗਾਏ ਕਿ ਫਿਰ ਹੋਰ ਦੀ ਲੋੜ ਨਹੀਂ ਜੇ ਰਹਿੰਦੀ ਕਿ ਮੈਂ ਕਿਤੇ ਹੋਰ ਜਾ ਕੇ ਕੋਈ ਸ਼ਬਦ ਲਵਾਂ, ਕਿਸੇ ਤੋਂ ਨਾਮਦਾਨ ਲਵਾਂ ਅਤੇ ਕਿਸੇ ਤੋਂ ਕੁਝ ਲਵਾਂ, ਕਿਉਂਕਿ ਇਸ ਪੂਰੇ ਸ਼ਬਦ ਦੇ ਦੁਆਰਾ, ਇਸ ਪੂਰੇ ਸ਼ਬਦ ਦਾ ਰਸ ਇਸ ਪ੍ਰਕਾਰ ਤੇਰੇ ਮਨ ਨੂੰ ਮਿੱਠਾ ਲੱਗਣ ਲੱਗ ਪੈਂਦਾ ਹੈ ਕਿ ਕਿਸੇ ਹੋਰ ਰਸ ਦੀ, ਕਿਸੇ ਹੋਰ ਭੋਗ ਦੀ ਫਿਰ ਲੋੜ ਨਹੀਂ ਜੇ ਪੈਂਦੀ। ਅਤੇ ਜਿਨ੍ਹਾਂ ਨੇ ਇਸ ਪ੍ਰਭੂ ਪਰਮਾਤਮਾ ਦੇ ਰਸ ਨੂੰ ਚੱਕ ਲਿਆ, ਜਿਨ੍ਹਾਂ ਨੇ ਇਸ ਪ੍ਰਭੂ ਪਰਮਾਤਮਾ ਦੇ ਸ਼ਬਦ ਦਾ ਸਵਾਦ ਦੇਖ ਲਿਆ ਸੰਗਤ ਜੀ, ਫਿਰ ਉਹਨਾਂ ਦੇ ਮਨ ਦੇ ਉੱਪਰ ਕੋਈ ਹੋਰ ਅਸਰ ਨਹੀਂ ਜੇ ਕਰਦਾ, ਕਿਸੇ ਹੋਰ ਦੀ ਜ਼ਰੂਰਤ ਨਹੀਂ ਜੇ ਪੈਂਦੀ। ਪਰ ਇਸ ਰਸ ਨੂੰ ਚੱਕਣਾ ਬੜਾ ਔਖਾ ਹੈ, ਬੜਾ ਮੁਸ਼ਕਲ ਹੈ। ਸਤਿਗੁਰੂ ਜੀ ਦੀ ਗੋਦ ਵੀ ਆਉਂਦੇ ਹਾਂ, ਸਤਿਗੁਰੂ ਜੀ ਦੇ ਦਰਸ਼ਨ ਵੀ ਕਰਦੇ ਹਾਂ, ਸ਼ਬਦ ਸਰਵਣ ਵੀ ਕਰਦੇ ਹਾਂ, ਪਰ ਨਾਲ ਦੀ ਨਾਲ ਇਸ ਸਰੀਰ ਦੀ ਸੰਗਤ ਜੀ ਬਨਾਵਟ ਹੀ ਐਸੀ ਹੈ ਕਿ ਬੈਠੇ ਭਾਵੇਂ ਇੱਥੇ ਹੋਈਏ, ਮਨ ਉਡਾਰੀਆਂ ਕਿਤੇ ਹੋਰ ਮਾਰਦਾ। ਗੁਰੂ ਦਾ ਸ਼ਬਦ ਕਈ ਵਾਰ ਸੁਣਿਆ ਹੈ, ਮੂੰਹ ਜ਼ੁਬਾਨੀ ਸ਼ਬਦ ਯਾਦ ਵੀ ਹੈ। ਬਹੁਤ ਸਾਰੇ ਐਸੇ ਗੁਰਮੁਖ ਹੋਣਗੇ ਕਿ ਸ਼ਬਦ ਦੀ ਪੰਗਤੀ ਪੰਗਤੀ ਯਾਦ ਹੈ, ਪਰ ਉਹ ਪਰਮਾਤਮਾ ਨੇ ਕੋਈ ਐਸੀ ਖੇਡ ਰਚਾਈ ਹੈ ਕਿ ਹਿਰਦੇ 'ਚ ਵਸਿਆ ਨਹੀਂ, ਕੇਵਲ ਜ਼ੁਬਾਨ ਤੱਕ ਹੀ ਰਹਿ ਗਿਆ। ਚੇਤੇ ਜ਼ਰੂਰ ਕਰ ਲਿਆ, ਰੱਟਾ ਜ਼ਰੂਰ ਲਾ ਲਿਆ, ਪਰ ਉਸ ਸ਼ਬਦ ਨੇ ਹਿਰਦੇ 'ਚ ਵਾਸ ਨਹੀਂ ਕੀਤਾ। ਅਤੇ ਉਹ ਵਾਸ ਸੰਗਤ ਜੀ ਤਦ ਹੋਣਾ ਹੈ ਜਦੋਂ ਕਮਾਈ ਕਰਨੀ ਪੈਣੀ, ਕੋਈ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਪੈਣਾ ਹੈ, ਕੋਈ ਸ਼ਬਦ ਨੂੰ ਪੜ੍ਹਨਾ ਪੈਣਾ ਹੈ, ਵਿਚਾਰਨਾ ਪੈਣਾ ਹੈ, ਕਿਤੇ ਘੰਟਾ ਚੌਂਕੜਾ ਲਾ ਕਰਕੇ ਉਸ ਪ੍ਰਭੂ ਪਰਮਾਤਮਾ ਦੀ ਭਗਤੀ 'ਚ ਬਹਿਣਾ ਪੈਣਾ। ਕਮਾਈ ਕਰਾਂਗੇ ਤਾਂ ਕੁਝ ਪ੍ਰਾਪਤ ਹੋਵੇਗਾ ਨਾ। ਹੁਣ ਘਰ ਤੋਂ ਕੰਮ 'ਤੇ ਜਾਂਦੇ ਹਾਂ, ਜੇਕਰ ਉੱਥੇ ਜਾ ਕਰਕੇ ਸਮੇਂ ਸਿਰ 5 ਮਿੰਟ ਪਹਿਲਾਂ ਜਾ ਕਰਕੇ ਕਲੋਕ ਲਾ ਦੇਈਏ ਅਤੇ ਸਾਰੀ ਦਿਹਾੜੀ ਕੁਰਸੀ 'ਤੇ ਬੈਠੇ ਰਹੀਏ, ਕੰਮ ਕੋਈ ਕਰੀਏ ਨਾ, ਅਤੇ ਸ਼ਾਮ ਨੂੰ ਵੀ ਬਿਲਕੁਲ ਸਮੇਂ ਸਿਰ ਕਲੋਕ ਔਫ ਕਰਕੇ ਆ ਜਾਈਏ, ਅਤੇ ਉਹ ਕੰਮ ਵਾਲੇ ਕਹਿਣਗੇ ਕਿ ਭਾਈ ਤੂੰ ਆਉਣਾ ਜ਼ਰੂਰ ਹੈ, ਤੇਰਾ ਟਾਈਮ ਵੀ ਪੂਰਾ ਹੈ, ਘੰਟੇ ਤੂੰ ਪੂਰੇ ਲਾਏ ਨੇ, ਪਰ ਤੂੰ ਕੰਮ ਕੋਈ ਨਹੀਂ ਜੇ ਕੀਤਾ। ਤੈਨੂੰ ਤਨਖਾਹ ਤਾਂ ਤਾਂ ਮਿਲਣੀ ਹੈ ਨਾ ਜੇ ਤੂੰ ਕੰਮ ਕਰੇਗਾ। ਜੇ ਕੰਮ ਕੋਈ ਨਹੀਂ ਕੀਤਾ, ਕੇਵਲ ਟਾਈਮ ਪੂਰਾ ਕੀਤਾ ਹੈ, ਤੈਨੂੰ ਉਸ ਟਾਈਮ ਦੀ ਕੋਈ ਤਨਖਾਹ ਨਹੀਂ। ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਉਣਾ, ਗੁਰੂ ਦੀ ਗੋਦ 'ਚ ਬਹਿਣਾ ਅਤੇ ਗੁਰੂ ਦੇ ਸ਼ਬਦ ਨੂੰ ਧਿਆਉਣਾ, ਇਹ ਵੱਖੋ ਵੱਖਰੇ ਸੰਗਤ ਜੀ ਰਸਤੇ ਹਨ। ਜਿੱਥੇ ਆਉਣਾ ਜ਼ਰੂਰੀ ਹੈ, ਬਹਿਣਾ ਜ਼ਰੂਰੀ ਹੈ, ਉੱਥੇ ਸ਼ਬਦ ਦੀ ਕਮਾਈ ਵੀ ਬੜੀ ਜ਼ਰੂਰੀ ਹੈ। ਕੋਈ 2 ਮਿੰਟ, ਕੋਈ 4 ਮਿੰਟ ਗੱਡੀ 'ਚ ਬਹਿੰਦੇ ਹਾਂ, ਘਰ ਤੋਂ ਕੰਮ 'ਤੇ ਜਾਂਦੇ ਹਾਂ, ਕਿਤੇ ਕੋਈ ਬਰਤਨ ਮਾਂਜਦੀਆਂ ਨੇ ਮੇਰੀਆਂ ਭੈਣਾਂ, ਸਾਡੇ ਵੀਰ ਕੋਈ ਕਾਰਜ ਕਰਦੇ ਨੇ, ਕੋਈ ਸਮਾਂ ਸੰਗਤ ਜੀ ਮਾੜਾ ਨਹੀਂ ਹੁੰਦਾ। ਕਿਸੇ ਵੀ ਵਕਤ ਵਾਹਿਗੁਰੂ ਵਾਹਿਗੁਰੂ ਜਪਿਆ ਜਾ ਸਕਦਾ ਅਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਪਤਾ ਨਹੀਂ ਕਿਹੜੀ ਘੜੀ ਕਿਹੜੇ ਪਲ ਤੇਰਾ ਜਪਿਆ ਹੋਇਆ ਤੇਰੇ ਵਾਸਤੇ ਸਹਾਈ ਹੋ ਜਾਣਾ। ਸੋ ਯਤਨ ਕਰਿਆ ਕਰੀਏ ਕਿ ਜਦੋਂ ਵੀ ਸਮਾਂ ਮਿਲਦਾ ਹੈ, ਕਿਤੇ ਇਕੱਲੇ ਹਾਂ ਜਾਂ ਘਰ ਪਰਿਵਾਰ 'ਚ ਕੋਈ ਕੰਮ ਵੀ ਕਰਦੇ ਹਾਂ, ਅਤੇ ਵਾਹਿਗੁਰੂ ਨਾਮ ਦਾ ਜਾਪ ਕਰੀਏ, ਅਤੇ ਇਸ ਪ੍ਰਕਾਰ ਉਸ ਪਰਮਾਤਮਾ ਦਾ ਰਸ ਫਿਰ ਆਉਣ ਲੱਗ ਪੈਂਦਾ। ਅਤੇ ਸ਼ੁਰੂਆਤ ਸੰਗਤ ਜੀ ਜੀਭਾ ਤੋਂ ਕਰਨੀ ਪੈਂਦੀ ਹੈ। ਮੇਰੇ ਕੋਲ ਇੰਨਾ ਸਮਾਂ ਨਹੀਂ, ਮੈਂ ਪੂਰੇ ਵਿਸਥਾਰ 'ਚ ਜਾਵਾਂ। ਸ਼ੁਰੂਆਤ ਸਭ ਤੋਂ ਪਹਿਲਾ ਪੜਾਅ ਹੈ ਹੀ ਜੀਭ ਤੋਂ ਉਚਾਰਨ ਦਾ। ਮੁੱਖ ਤੋਂ ਪੜ੍ਹਾਂਗੇ, ਹੌਲੀ ਹੌਲੀ ਇਸ ਮਨ ਨੂੰ ਜਿਹੜਾ ਹੈ ਜਿਵੇਂ ਰੋਜ਼ਾਨਾ ਦੀ ਰੋਜ਼ਾਨਾ ਜਾਪ ਕਰਦੇ ਜਾਵਾਂਗੇ, ਫਿਰ ਉਸ ਪਰਮਾਤਮਾ ਦੇ ਨਾਮ ਦੀ ਭੁੱਖ ਲੱਗਦੀ ਜਾਵੇਗੀ। ਜਦੋਂ ਭੁੱਖ ਲੱਗਦੀ ਜਾਵੇਗੀ ਤਾਂ ਫਿਰ ਰੋਜ਼ਾਨਾ ਸਿਮਰਨ ਵੱਧਦਾ ਜਾਵੇਗਾ।
ਜਿਵੇਂ ਜਿਵੇਂ ਸਿਮਰਨ ਵੱਧਦਾ ਜਾਵੇਗਾ ਪ੍ਰਭੂ ਦੇ ਸ਼ਬਦ ਦਾ ਆਨੰਦ ਆਉਣ ਲੱਗ ਪਵੇਗਾ ਅਤੇ ਇੱਕ ਦਿਨ ਸਤਿਗੁਰੂ ਕਿਰਪਾ ਕਰਕੇ ਰਹਿਮਤ ਕਰ ਦੇਣਗੇ ਕਿ ਜਦੋਂ ਉਸ ਪ੍ਰਭੂ ਪਰਮਾਤਮਾ ਦੇ ਸ਼ਬਦ ਦਾ ਆਨੰਦ ਆਉਣ ਲੱਗ ਪਿਆ, ਮਨ ਅੰਦਰ ਵੈਰਾਗ ਉਪਜਿਆ, ਉਸ ਪ੍ਰਭੂ ਪਰਮਾਤਮਾ ਤੋਂ ਬਗੈਰ ਹੋਰ ਕੋਈ ਦੂਜਾ ਚਾਹੀਦਾ ਨਾ, ਅਤੇ ਫਿਰ ਸਹਿਜ ਦੀ ਅਵਸਥਾ 'ਚ ਲਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਉਹਨਾਂ ਪ੍ਰਭੂ ਪਿਆਰਿਆਂ ਨੂੰ ਮਿਲ ਲੈਂਦੇ ਨੇ। ਜਿਹਨਾਂ ਸੰਤਾਂ ਮਹਾਂਪੁਰਖਾਂ ਨੇ ਸਾਲਾਂ ਦੀ ਸਾਲ ਕਮਾਈਆਂ ਕੀਤੀਆਂ ਨੇ, ਉਹਨਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਜਪ ਕੇ ਅਤੇ ਆ ਕੇ ਉਹਦੇ ਨਾਲ ਸੁਰਤੀ ਜੋੜ ਕਰਕੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਦੀ ਜਿਹੜੀ ਹੈ ਪ੍ਰੀਤ ਪਾਈ ਹੈ। ਅਤੇ ਇਸੇ ਹੀ ਪ੍ਰਕਾਰ ਸੰਗਤ ਜੀ ਉਸ ਪ੍ਰਭੂ ਪਰਮਾਤਮਾ ਦੇ ਰਸ ਦੇ ਨਾਲ ਜੁੜਨ ਵਾਸਤੇ ਕਮਾਈ ਕਰਨੀ ਅਤੇ ਸ਼ਬਦ ਦੀ ਜਿਹੜੀ ਹੈ ਉਹ ਸੇਵਾ ਕਰਨੀ ਬੜੀ ਜ਼ਰੂਰੀ ਹੈ। ਸੋ ਸਤਿਗੁਰੂ ਜੀ ਰਹਿਮਤ ਕਰਦੇ ਨੇ ਕਿ ਜਿਹਨਾਂ ਨੂੰ ਫਿਰ ਉਹ ਰਸ ਮਿਲ ਗਿਆ, ਜਿਹਨਾਂ ਨੇ ਉਸ ਪ੍ਰਭੂ ਪਰਮਾਤਮਾ ਦਾ ਉਹ ਸ਼ਬਦ ਰੂਪੀ ਰਸ ਮਾਣ ਲਿਆ, ਫਿਰ ਦੁਨੀਆਂ ਦੇ ਰਸ ਭੋਗਣਾ ਵਾਸਤੇ ਕੋਈ ਮਹਿਨਾ ਨਹੀਂ ਰੱਖਦੇ। ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ, ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ। ਦੁਨੀਆਂ ਦੇ ਉੱਪਰ ਸੰਗਤ ਜੀ ਬਹੁਤ ਵੱਡੇ ਤਿਆਗੀ ਮਿਲਣਗੇ। ਕੋਈ ਕਹਿੰਦਾ ਜੀ ਮੈਂ ਕਾਰੋਬਾਰ ਤਿਆਗ ਦਿੱਤਾ ਹੈ, ਕੋਈ ਕਹਿੰਦਾ ਜੀ ਮੈਂ ਮਾਇਆ ਤਿਆਗ ਦਿੱਤੀ ਹੈ, ਕੋਈ ਕਹਿੰਦਾ ਜੀ ਮੈਂ ਆਨੀ ਤਿਆਗ ਦਿੱਤਾ ਹੈ, ਮੈਂ ਕੇਵਲ ਭਾਈ ਇਸ ਦੁਨੀਆਂ ਦੇ ਉੱਪਰ ਜੇਕਰ ਤਿਆਗ ਹੈ ਤੇ ਸਭ ਤੋਂ ਵੱਡਾ ਤਿਆਗ ਹੈ ਤੇਰੇ ਆਪੇ ਦਾ ਤਿਆਗ। ਇਹਦਾ ਮਤਲਬ ਇਹ ਨਹੀਂ ਜੇ ਲੈਣਾ ਕਿ ਅਸੀਂ ਸਰੀਰ ਤਿਆਗ ਦੇਣਾ। ਜਦੋਂ ਇਹ ਗੱਲ ਸਮਝ ਆ ਗਈ ਕਿ ਸਤਿਗੁਰੂ ਜੀ ਇਸ ਧਰਤੀ ਤੇ ਪੈਦਾ ਕਰਨ ਵਾਲੇ ਤੁਸੀਂ ਆ, ਇਹ ਸਰੀਰ ਮੈਨੂੰ ਮਿਲਿਆ ਤੁਹਾਡੀ ਕਿਰਪਾ ਦੁਆਰਾ, ਇਹ ਰਸਨਾ ਮੈਨੂੰ ਮਿਲੀ ਹੈ ਜਿਹਦੇ ਨਾਲ ਮੈਂ ਬਚਨ ਉਚਾਰਨ ਕਰਦਾ ਤੁਹਾਡੀ ਕਿਰਪਾ ਦੁਆਰਾ, ਗੱਲਾਂ ਨੂੰ ਸਮਝਣ ਦੀ ਸੋਝੀ ਹੈ, ਦਿਮਾਗ ਦਿੱਤਾ ਹੈ ਤੁਹਾਡਾ, ਮੇਰਾ ਕੁਝ ਨਹੀਂ। ਕਹਿਣ ਤੋਂ ਭਾਵ ਕਿ ਜਦੋਂ ਇਹ ਗੱਲ ਦੀ ਸਮਝ ਆ ਜਾਵੇ ਕਿ ਸਭ ਕੁਝ ਉਸ ਪਰਮਾਤਮਾ ਦਾ ਹੈ, ਮੇਰਾ ਨਹੀਂ, ਮੈਂ ਤੇ ਮੇਰੀ ਖਤਮ ਹੋ ਜਾਵੇ, ਤੂੰ ਤੇ ਤੇਰੀ ਦੀ ਗੱਲ ਸਮਝ ਆ ਜਾਵੇ, ਉਸ ਵਕਤ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਭਾਈ ਮੈਂ ਆਪਾ ਤਿਆਗ ਦਿੱਤਾ ਹੈ, ਹੁਣ ਮੇਰਾ ਕੁਝ ਨਹੀਂ, ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਤੇ ਉਸ ਪਰਮਾਤਮਾ ਦੀ ਹੀ ਕਿਰਪਾ ਹੈ। ਕਬੀਰ ਤੂੰ ਤੂੰ ਕਰਦਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਆਪਾ ਫਰਕਾ ਮਿਟ ਗਿਆ ਜਿੱਤ ਦੇਖਾਂ ਤਿੱਤ ਤੂੰ, ਕਿ ਪ੍ਰਭੂ ਪਰਮਾਤਮਾ ਜਦੋਂ ਮੈਂ ਤੈਨੂੰ ਦੇਖਦਾ ਤੇ ਮੈਨੂੰ ਨਜ਼ਰ ਆ ਜਾਂਦਾ ਹੈ ਕਿ ਮੇਰਾ ਤੇ ਕੁਝ ਵੀ ਨਹੀਂ, ਸਭ ਤੇਰਾ ਪਾਸਾਰਾ ਹੈ। ਸੋ ਇਸੇ ਪ੍ਰਕਾਰ ਸੰਗਤ ਜੀ ਜਦੋਂ ਇਹ ਗੱਲ ਸਮਝ ਆ ਜਾਵੇ, ਹਰ ਇੱਕ ਪ੍ਰਾਣੀ ਦੇ ਅੰਦਰ ਉਹ ਪਰਮਾਤਮਾ ਦੀ ਝਲਕ ਨਜ਼ਰ ਆ ਜਾਵੇ, ਤੇ ਖਾਸ ਤੌਰ ਤੇ ਕਈ ਵਾਰ ਸੇਵਾ ਕਰਦਿਆਂ ਵੀ ਮਾਣ ਹੋ ਜਾਂਦਾ ਕਿ ਸਤਿਗੁਰੂ ਜੀ ਮੈਂ ਤੇ ਬਹੁਤ ਸੇਵਾ ਕਰਦਾ, ਮੈਂ ਤੇ ਲੰਗਰਾਂ 'ਚ ਦਿਨ ਰਾਤ ਭਾਂਡੇ ਮਾਂਜਦਾ, ਦੂਜੇ ਪਿਆਰੇ ਆਉਂਦੇ ਨੇ ਪ੍ਰਸ਼ਾਦਾ ਛੱਕ ਕੇ ਚਲੇ ਜਾਂਦੇ ਨੇ, ਸੇਵਾ ਹੀ ਨਹੀਂ ਕਰਦੇ, ਸੇਵਾ ਦਾ ਵੀ ਮਾਣ ਹੋ ਜਾਂਦਾ, ਉੱਥੇ ਵੀ ਮੈਂ ਆ ਜਾਂਦੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਅੰਦਰ ਮੈਂ ਜੀ ਰੋਜ਼ਾਨਾ 4 ਘੰਟੇ ਬਹਿ ਕੇ ਹਾਜ਼ਰੀ ਭਰਦਾ ਅਤੇ ਦੂਸਰਾ ਵਿਅਕਤੀ ਘੱਟ ਭਰਦਾ, ਕਈ ਵਾਰ ਮਨ 'ਚ ਵਿਚਾਰ ਆ ਜਾਂਦੀ ਹੈ ਨਾ, ਅਤੇ ਉਹ ਵੀ ਸੇਵਾ ਦੀ ਵੀ ਸਿਮਰਨ ਦੀ ਵੀ ਸਾਡੇ ਮਨ ਦੇ ਅੰਦਰ ਇਹ ਭਾਵਨਾ ਬਣ ਜਾਂਦੀ ਹੈ ਕਿ ਜੀ ਮੈਂ ਕੀਤਾ ਅਤੇ ਹੋਰ ਕੋਈ ਨਹੀਂ ਕਰ ਰਿਹਾ, ਅਤੇ ਸਤਿਗੁਰੂ ਜੀ ਇਹ ਕਿਰਪਾ ਕਰ ਰਹੇ ਹਨ ਕਿ ਭਾਈ ਉਸ ਮੈਂ ਨੂੰ ਮਾਰ, ਉਸ ਚੀਜ਼ ਨੂੰ ਤਿਆਗ, ਆਪਾਂ ਤਿਆਗ ਦੇ ਕਿ ਮੇਰਾ ਕੁਝ ਹੈ, ਜੋ ਕੁਝ ਹੈ, ਜੋ ਕੁਝ ਕਰਾ ਰਿਹਾ ਹੈ ਉਹ ਪਰਮਾਤਮਾ ਹੈ, ਸਭ ਕੁਝ ਉਸੇ ਦਾ ਪਸਾਰਾ ਹੈ, ਅਤੇ ਸਭ ਤੋਂ ਵੱਡਾ ਤਿਆਗ ਜੀਵਨ ਦੇ ਅੰਦਰ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੇਕਰ ਕਰਨਾ ਹੈ ਤੇ ਆਪਣੀ ਮੈਂ ਦਾ ਤਿਆਗ ਕਰ, ਆਪੇ ਦਾ ਤਿਆਗ ਸਭ ਤੋਂ ਵੱਡਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰ ਰਹੇ ਹਨ। ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ, ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਜੋ ਹਰ ਕੰਤ ਮਿਲਾਈਆਂ, ਕਿ ਇਸ ਜੀਵ ਰੂਪ ਇਸਤਰੀ ਨੂੰ ਉਹਦਾ ਪਿਤਾ ਪਰਮਾਤਮਾ, ਉਹਦਾ ਪਤੀ, ਉਹਦਾ ਖਸਮ ਕੰਤ ਮਿਲ ਗਿਆ ਅਤੇ ਫਿਰ ਉਹਦੇ ਤੋਂ ਵਿਛੋੜਾ ਨਹੀਂ ਜੇ ਪੈਂਦਾ। ਜਿਵੇਂ ਮੈਂ ਪਹਿਲਾਂ ਆਪ ਜੀ ਦੇ ਨਾਲ ਸਾਂਝ ਕੀਤੀ ਸੀ ਕਿ ਦੁਨੀਆਂ ਦੇ ਰਿਸ਼ਤੇ, ਦੁਨੀਆਂ ਦੇ ਸਾਖ, ਦੁਨੀਆਂ ਦੇ ਸੰਬੰਧ ਜੁੜੇ ਨੇ ਅਤੇ ਇੱਕ ਦਿਨ ਵਿਛੜਨਗੇ, ਪਰ ਉਸ ਪਿਤਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਰਿਸ਼ਤਾ ਕਦੇ ਨਹੀਂ ਜੇ ਟੁੱਟਦਾ। ਉਹ ਐਸਾ ਮੇਰਾ ਸਵਾਮੀ ਹੈ ਕਿ ਜਿਹਦੇ ਨਾਲ ਲਾਉਣੀ, ਜਿਹਦੇ ਨਾਲ ਜੋੜਨੀ ਸੰਗਤ ਜੀ ਬੜੀ ਔਖੀ ਹੈ, ਪਰ ਜੇ ਇੱਕ ਵਾਰ ਜੁੜ ਜਾਵੇ ਤਾਂ ਫਿਰ ਉਹ ਸਾਥ ਨਹੀਂ ਜੇ ਛੱਡਦਾ।
ਚਰਨ ਸ਼ਰਨ ਗੁਰੂ ਜਾਈ ਚੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸ਼ਰਨ ਦੇ ਵਿੱਚ ਜਾਵੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਤੇਰੇ ਵਾਸਤੇ ਅੱਗੇ ਖਲੋਤੇ ਨੇ ਕਿ ਭਾਈ ਮੇਰਾ ਪਿਆਰਾ ਆਵੇ ਅਤੇ ਮੈਂ ਉਹਨੂੰ ਆਪਣੇ ਕਲਾਵੇ 'ਚ ਲਵਾਂ, ਅਤੇ ਜੇਕਰ ਕਿਤੇ ਸਤਿਗੁਰੂ ਕਿਰਪਾ ਕਰਨ ਭਾਈ ਜੋਗਾ ਜੀ ਦਾ ਇਤਿਹਾਸ ਆਪਣੇ ਸਰਵਣ ਕੀਤਾ ਹੋਵੇ ਕਿ ਮਨ ਦੇ ਉੱਪਰ ਫੁਰਨਿਆਂ ਦਾ ਪ੍ਰਭਾਵ ਵੀ ਪੈ ਜਾਂਦਾ ਹੈ, ਅਤੇ ਸਤਿਗੁਰੂ ਆਪ ਡਾਂਗ ਫੜ ਕੇ ਅੱਗੇ ਖਲੋ ਕੇ ਪੈਰਾ ਦੇ ਦਿੰਦਾ ਹੈ ਕਿ ਨਹੀਂ ਭਾਈ ਇਹ ਮੇਰਾ ਪਿਆਰਾ ਸਿੱਖ ਹੈ, ਮੈਂ ਇਹਨੂੰ ਭਟਕਣ ਨਹੀਂ ਜੇ ਦੇਣਾ, ਇਹਨੇ ਮੇਰੇ ਨਾਲ ਲਾਈ ਹੈ, ਇਹਦਾ ਭਾਵੇਂ ਮਨ ਥੋੜ੍ਹਾ ਬਹੁਤ ਕਿਤੇ ਡੋਲ ਗਿਆ ਹੋਵੇ, ਇਹਨੇ ਮੈਨੂੰ ਗੁਰੂ ਮੰਨਿਆ ਸੀ ਅਤੇ ਮੈਂ ਇਹਨੂੰ ਆਪਣਾ ਸਿੱਖ ਮੰਨਿਆ ਹੈ, ਤੂੰ ਭਾਵੇਂ ਗੁਰੂ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਜਾ, ਪਰ ਤੇਰਾ ਗੁਰੂ ਤੈਨੂੰ ਸਿੱਖ ਮੰਨਣ ਤੋਂ ਇਨਕਾਰੀ ਨਹੀਂ ਜੇ ਹੁੰਦਾ, ਉਹ ਤੇਰੇ ਵਾਸਤੇ ਹਮੇਸ਼ਾ ਹਾਜ਼ਰ ਨਾਜ਼ਰ ਹੈ, ਹਮੇਸ਼ਾ ਤੇਰੇ ਵਾਸਤੇ ਖਲੋਤਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪਾ ਲਿਆ, ਉਸਨੂੰ ਮਿਲ ਗਏ, ਉਹਨਾਂ ਨੂੰ ਫਿਰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਜੇ ਰਹਿੰਦੀ, ਦੁਨੀਆਂ ਦੇ ਰਿਸ਼ਤੇ ਟੁੱਟ ਜਾਣਗੇ, ਉਸ ਪਰਮਾਤਮਾ ਦਾ ਰਿਸ਼ਤਾ ਨਹੀਂ ਜੇ ਟੁੱਟਦਾ, ਅਤੇ ਇੱਕ ਐਸੀ ਅਵਸਥਾ ਬਣ ਜਾਂਦੀ ਹੈ ਕਿ ਉਹ ਪਤੀ ਪਰਮਾਤਮਾ ਫਿਰ ਸਭ ਤੋਂ ਪਿਆਰਾ ਲੱਗਣ ਲੱਗ ਪੈਂਦਾ ਹੈ, ਅਤੇ ਜਿਹੜੀਆਂ ਉਹਦੇ ਨਾਲ ਲੱਗ ਗਈਆਂ, ਜਿਹੜੀਆਂ ਉਹਦੇ ਲੜ ਲੱਗ ਗਈਆਂ, ਉਹਨਾਂ ਨੂੰ ਦੁੱਖ ਕੋਈ ਨਹੀਂ ਜੇ ਵਿਆਪਦਾ। ਹੁਣ ਮੇਰੀਆਂ ਭੈਣਾਂ ਬੈਠੀਆਂ ਨੇ, ਸਤਿਕਾਰਯੋਗ ਮਾਤਾਵਾਂ ਬੈਠੀਆਂ ਨੇ, ਬੱਚੀਆਂ ਦਾ ਸਭ ਤੋਂ ਵੱਧ ਮਾਤਾ ਨੂੰ ਖਿਆਲ ਹੁੰਦਾ ਹੈ ਕਿ ਧੀਆਂ ਵਿਆਹ ਕੇ ਤੋਰ ਦਿੱਤੀਆਂ ਨੇ, ਆਪਣੇ ਸਹੁਰੇ ਘਰੇ ਸੁਖੀ ਵਸਣ, ਅਤੇ ਸੰਗਤ ਜੀ ਸਤਿਗੁਰੂ ਕਿਰਪਾ ਕਰੇ, ਬਹੁਤ ਐਸੇ ਪਰਿਵਾਰ ਹੋਣਗੇ ਕਿ ਮਾਤਾ ਪਿਤਾ ਫੋਨ ਕਰਦੇ ਨੇ ਕਿ ਬੇਟੀ ਤੇਰਾ ਪਰਿਵਾਰ ਕਿੱਦਾਂ ਹੈ, ਤੇਰਾ ਘਰ ਬਾਰ ਕਿੱਦਾਂ ਹੈ, ਤੂੰ ਕਈ ਦਿਨ ਹੋਏ ਫੇਰਾ ਨਹੀਂ ਮਾਰਿਆ, ਅਤੇ ਉਹ ਬੇਟੀਆਂ ਅੱਗੇ ਇਹ ਜਵਾਬ ਦੇ ਦਿੰਦੀਆਂ ਨੇ ਕਿ ਮਾਤਾ ਜੀ ਹੁਣ ਤੁਸੀਂ ਮੇਰਾ ਫਿਕਰ ਨਾ ਕਰੋ, ਮੇਰਾ ਪਤੀ ਬੜਾ ਚੰਗਾ ਹੈ, ਮੇਰੇ ਮਾਤਾ ਪਿਤਾ ਬਹੁਤ ਚੰਗੇ ਨੇ, ਤੁਹਾਡੇ ਤੋਂ ਵੀ ਵੱਧ ਮੇਰਾ ਖਿਆਲ ਰੱਖਦੇ ਨੇ, ਤੁਹਾਨੂੰ ਮੇਰੇ ਮਨ ਦਾ ਫਿਕਰ ਹੋਵੇਗਾ, ਪਰ ਮੈਂ ਇਸ ਘਰ ਬਹੁਤ ਸੁਖੀ ਹਾਂ, ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਪੇਕੇ ਆਉਣ ਵਾਸਤੇ ਵੀ ਮਨ ਨਹੀਂ ਕਰਦਾ ਕਿਉਂਕਿ ਸਹੁਰਾ ਪਰਿਵਾਰ ਮੈਨੂੰ ਬੜਾ ਚੰਗਾ ਮਿਲਿਆ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਦੋਂ ਉਸ ਪਿਤਾ ਪਰਮਾਤਮਾ ਖਸਮ ਦੇ ਨਾਲ ਲੱਗ ਗਈ ਅਤੇ ਸਭ ਤੋਂ ਚੰਗਾ ਪਰਮਾਤਮਾ ਮਿਲ ਗਿਆ, ਸਭ ਤੋਂ ਅੱਛਾ ਪਤੀ ਮਿਲ ਗਿਆ, ਫਿਰ ਪੇਕੇ ਜਾਣ ਦੀ ਵੀ ਜ਼ਰੂਰਤ ਨਹੀਂ ਜੇ ਪੈਂਦੀ, ਅਤੇ ਜਿਹੜੀਆਂ ਉਸ ਪਤੀ ਦੇ ਵਸ ਗਈਆਂ ਉਹਨਾਂ ਨੂੰ ਕਿਸੇ ਹੋਰ ਦੀ ਸਹਾਰੇ ਦੀ ਲੋੜ ਨਹੀਂ, ਫਿਰ ਉਹਨਾਂ ਵਾਸਤੇ ਇੱਕੋ ਇੱਕ ਸਹਾਰਾ ਹੈ ਜੋ ਸ਼ਬਦ ਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਬਿਰਾਜਮਾਨ ਹਨ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਮ ਪਦ ਦੀ ਵਰਤੋਂ ਕਰਦਿਆਂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਹਨ ਕਿ ਸੱਚੇ ਪਾਤਸ਼ਾਹ ਹੀ ਨਿਰੰਕਾਰ, ਤੇਰੇ ਬਗੈਰ ਹੋਰ ਕੋਈ ਦੂਜਾ ਹੈ ਨਹੀਂ, ਕਿਸੇ ਦੂਜੇ ਨੂੰ ਮੈਂ ਦੇਖਿਆ ਹੀ ਨਹੀਂ, ਅਤੇ ਮੈਂ ਤੇਰੀ ਚਰਨ ਅਤੇ ਤੇਰੀ ਸ਼ਰਨ ਦੇ ਵਿੱਚ ਆਇਆ, ਅਤੇ ਜਿਹੜਾ ਤੇਰੇ ਚਰਨ ਸ਼ਰਨਾਂ ਦੇ ਵਿੱਚ ਆ ਗਿਆ ਉਹਨੂੰ ਕਿਸੇ ਹੋਰ ਦੀ ਜ਼ਰੂਰਤ ਵੀ ਨਹੀਂ ਤੇ ਰਹਿੰਦੀ। ਸੋ ਮੈਂ ਇਹ ਸਭ ਪ੍ਰਤੱਖ ਕਰਕੇ ਦੇਖ ਲਿਆ ਹੈ ਕਿ ਦੁਨੀਆਂ ਦੇ ਰਿਸ਼ਤੇ, ਦੁਨੀਆਂ ਦੇ ਸਾਕ, ਦੁਨੀਆਂ ਦੇ ਉੱਪਰ ਫੈਲਿਆ ਹੋਇਆ ਸਾਰਾ ਪਾਸਾਰਾ ਉਹ ਝੂਠ ਹੈ, ਕੇਵਲ ਤੇਰਾ ਨਾਮ ਸੱਚ ਹੈ, ਅਤੇ ਜਿਹਨੇ ਤੇਰੇ ਨਾਲ ਲਾ ਲਈ ਉਹਨੂੰ ਕਿਸੇ ਹੋਰ ਦੇ ਨਾਲ ਲਾਉਣ ਦੀ ਜ਼ਰੂਰਤ ਨਹੀਂ ਜੇ ਰਹਿੰਦੀ, ਅਤੇ ਮੈਂ ਇਸ ਗੱਲ ਨੂੰ ਪ੍ਰਤੱਖ ਕਰਕੇ ਜਾਣ ਲਿਆ ਹੈ, ਅਤੇ ਇਸੇ ਕਰਕੇ ਨਾਨਕ ਤੇਰੀ ਸ਼ਰਨ ਦੇ ਵਿੱਚ ਆਇਆ ਹੈ। ਹੇ ਪਿਤਾ ਪਰਮਾਤਮਾ, ਹੇ ਵਾਹਿਗੁਰੂ ਨਿਰੰਕਾਰ, ਜੇ ਤੇਰੇ ਲੜ ਲੱਗੇ ਹਾਂ, ਜੇ ਤੇਰੇ ਚਰਨਾਂ 'ਚ ਆਏ ਹਾਂ, ਤਾਂ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਉਹ ਜੋੜੀ ਰੱਖੀ। ਅਸੂ ਸੁਖੀ ਬਸੰਤੀਆਂ ਜਿਨ੍ਹਾਂ ਮਾਇਆ ਹਰ ਰਾਏ, ਅਤੇ ਇਸ ਅੱਸੂ ਦੇ ਮਹੀਨੇ ਦੇ ਅੰਦਰ ਸਤਿਗੁਰੂ ਜੀ ਆਖਰੀ ਪੰਕਤੀ ਦੇ ਵਿੱਚ ਜ਼ਿਕਰ ਕਰ ਰਹੇ ਨੇ, ਪ੍ਰਮਾਣ ਕਰ ਰਹੇ ਨੇ ਕਿ ਅੱਸੂ ਦੇ ਮਹੀਨੇ ਦੇ ਅੰਦਰ ਉਹੀ ਸੁਖੀ ਵਸਣਗੀਆਂ ਜਿਨ੍ਹਾਂ ਦੇ ਉੱਪਰ ਉਸ ਪਿਤਾ ਪਰਮਾਤਮਾ ਦੀ ਮਾਇਆ ਕਿਹਾ ਜਾਂਦਾ ਹੈ, ਕਿਰਪਾ ਨੂੰ, ਦਿਆਲਤਾ ਨੂੰ, ਕਿਰਪਾਲਤਾ ਨੂੰ, ਉਸ ਪ੍ਰਭੂ ਪਰਮਾਤਮਾ ਦੀ ਦਇਆ ਹੋ ਜਾਵੇ, ਉਹਦੀ ਕਿਰਪਾ ਹੋ ਜਾਵੇ, ਉਹਦੀ ਮਿਹਰ ਹੋ ਜਾਵੇ, ਅਤੇ ਉਹ ਮਿਹਰ ਸੰਗਤ ਜੀ ਤਾਦੀ ਹੈ ਜੇਕਰ ਉਸ ਪਿਤਾ ਪਰਮਾਤਮਾ ਦੇ ਚਰਨਾਂ ਦੇ ਅੰਦਰ ਸੁਰਤੀ ਜੋੜ ਕੇ ਉਹਦੇ ਹੁਕਮ ਨੂੰ ਮੰਨੀਏ। ਹੁਣ ਮਾਤਾ ਪਿਤਾ ਨੇ ਬੱਚੇ ਨੂੰ ਪਾਲਦੇ ਨੇ ਅਤੇ ਮਨ ਅੰਦਰ ਇਹ ਆਸ ਹੁੰਦੀ ਹੈ ਕਿ ਭਾਈ ਅੱਜ ਇਹ ਛੋਟਾ ਹੈ, ਕੱਲ੍ਹ ਨੂੰ ਅਸੀਂ ਬਜ਼ੁਰਗ ਹੋ ਜਾਵਾਂਗੇ ਅਤੇ ਇਹ ਸਾਨੂੰ ਸੰਭਾਲੇਗਾ, ਆਸ ਰੱਖ ਕੇ ਕਰਦੇ ਹਾਂ ਨਾ। ਅਤੇ ਬੱਚੇ ਵੀ ਮਾਤਾ ਪਿਤਾ ਦੀ ਸੇਵਾ ਇਸੇ ਕਰਕੇ ਕਰਦੇ ਨੇ ਕਿ ਭਾਈ ਕੱਲ੍ਹ ਨੂੰ ਇਹਨਾਂ ਨੇ ਬਜ਼ੁਰਗ ਹੋ ਜਾਣਾ, ਇਸ ਜਹਾਨ ਤੋਂ ਚਲੇ ਜਾਣਾ ਹੈ, ਅਤੇ ਜੋ ਇਹਨਾਂ ਦਾ ਹੈ ਉਹ ਸਾਨੂੰ ਦੇ ਕੇ ਜਾਣਗੇ। ਇਹ ਅਟਲ ਸੱਚਾਈ ਹੈ ਸੰਗਤ ਜੀ। ਅਤੇ ਜੇਕਰ ਮਾਤਾ ਪਿਤਾ ਇਹ ਗੱਲ ਕਹਿ ਦੇਣ ਕਿ ਪੁੱਤਰ ਜੀ ਸੇਵਾ ਜਿੰਨੀ ਮਰਜ਼ੀ ਕਰੋ ਪਰ ਅਸੀਂ ਤੈਨੂੰ ਦੇਣਾ ਕੱਖ ਨਹੀਂ ਦੇ,
ਤੇ ਮੇਰੇ ਵਰਗਾ ਪੁੱਤਰ ਦੂਸਰੇ ਦਿਨ ਹੀ ਪਾਣੀ ਦਾ ਗਲਾਸ ਪਿਲਾਉਣ ਤੋਂ ਹਟ ਜਾਏਗਾ ਕਿ ਭਾਈ ਜਦੋਂ ਮੈਨੂੰ ਦੇਣਾ ਕੱਖ ਨਹੀਂ ਤਾਂ ਮੈਂ ਸੇਵਾ ਕਿਉਂ ਕਰਾਂ। ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਸੁੱਖ ਅਤੇ ਆਨੰਦ ਇਹ ਦੁਨੀਆਂ ਦੇ ਰਿਸ਼ਤਿਆਂ ਤੋਂ ਨਹੀਂ ਜੇ ਮਿਲਣਾ, ਉਸ ਪ੍ਰਭੂ ਪਰਮਾਤਮਾ ਦੇ ਸ਼ਬਦ ਨੂੰ ਸਮਝ ਕੇ ਉਹਦੇ ਤੋਂ ਮਿਲਣਾ ਹੈ। ਅਤੇ ਜਿਨ੍ਹਾਂ ਦੇ ਉੱਪਰ ਉਹਨੇ ਕਿਰਪਾ ਕਰਕੇ ਇਹ ਸੋਝੀ ਬਖਸ਼ ਦਿੱਤੀ, ਇਹ ਗਿਆਨ ਬਖਸ਼ ਦਿੱਤਾ ਕਿ ਭਾਈ ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਸਹਾਰਾ ਨਹੀਂ ਜੇ ਬਣਨਾ, ਜੇ ਪੁੱਤਰ ਧੀਆਂ ਅਗਿਆਕਾਰ ਨੇ ਤਾਂ ਉਹਦੀ ਕਿਰਪਾ ਹੈ। ਪਤਾ ਨਹੀਂ ਕਿ ਉਹਨੇ ਕਿਹੜੇ ਵੇਲੇ ਮਨ ਦੇ ਉੱਪਰ ਕਿਹੜਾ ਪ੍ਰਭਾਵ ਪਾ ਦੇਣਾ ਹੈ। ਕਈ ਵਾਰ ਵਿਗੜਿਆਂ ਨੂੰ ਵੀ ਸੁਭਾਗ ਦਿੰਦਾ ਹੈ ਅਤੇ ਕਈ ਵਾਰ ਸੁਧਰੇ ਹੋਏ ਵੀ ਵਿਗੜ ਜਾਂਦੇ ਨੇ। ਸੋ ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਤੂੰ ਕਿਰਪਾ ਕਰ, ਮੈਂ ਤੇਰੀ ਚਰਨਾਂ ਦੇ ਵਿੱਚ, ਤੇਰੀ ਸ਼ਰਨ ਦੇ ਵਿੱਚ ਤੇਰੀ ਓਟ ਲੈ ਕੇ ਆਇਆ, ਮੇਰੇ ਬੱਚਿਆਂ ਨੂੰ ਸਤਿਬੁੱਧੀ ਦੇ, ਤੇਰੇ ਹੁਕਮ ਨੂੰ ਮੰਨਦਿਆਂ ਤੇਰੇ ਪ੍ਰਭਾਵ ਦੇ ਹੇਠ ਤੇਰੀ ਕਿਰਪਾ ਤੇਰੀ ਦਇਆ ਤੇਰੀ ਮਾਇਆ ਦੇ ਨਾਲ ਜਿੱਥੇ ਮੇਰੇ ਬੁਢਾਪੇ ਦਾ ਸਹਾਰਾ ਬਣਨ, ਪਰ ਅਸਲ ਸਹਾਰਾ ਮੇਰੀ ਆਤਮਾ ਵਾਸਤੇ ਤੂੰ ਹੈ ਅਤੇ ਤੇਰੇ ਤੋਂ ਬਗੈਰ ਮੈਨੂੰ ਹੋਰ ਕਿਸੇ ਦੇ ਵੱਲ ਤੱਕਣ ਦੀ ਲੋੜ ਨਹੀਂ। ਦੁਨਿਆਵੀ ਰਿਸ਼ਤੇ ਵੀ ਸੰਗਤ ਜੀ ਨਿਭਾਉਣੇ ਨੇ, ਬੱਚੇ ਵੀ ਪਾਲਣੇ ਨੇ, ਮਾਤਾ ਪਿਤਾ ਦੀ ਸੇਵਾ ਵੀ ਕਰਨੀ ਹੈ। ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਕਹਿੰਦੇ ਕਿ ਭਾਈ ਸਭ ਨੂੰ ਛੱਡ ਛਡਾ ਕੇ ਅਤੇ ਤੂੰ ਜੰਗਲਾਂ 'ਚ ਬਹਿ ਜਾ, ਨਹੀਂ। ਗ੍ਰਹਿਸਥ ਧਰਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਤੋਂ ਉੱਤਮ ਭਗਤੀ ਮੰਨਿਆ ਹੈ ਕਿ ਕਿਸੇ ਚੀਜ਼ ਦਾ ਸਾਹਮਣਾ ਕਰਨਾ ਬੜਾ ਔਖਾ ਹੁੰਦਾ ਹੈ ਸੰਗਤ ਜੀ। ਕੋਈ ਮਾੜਾ ਕੰਮ ਹੁੰਦਾ ਹੋਵੇ ਉਹਦੇ ਤੋਂ ਪਿੱਠ ਮਰੋੜ ਕੇ ਚਲੇ ਜਾਈਏ ਬੜੀ ਸੌਖੀ ਜਿਹੀ ਗੱਲ ਹੈ। ਘਰ ਪਰਿਵਾਰ 'ਚ ਬਹਿ ਕੇ ਪਾਠ ਪੂਜਾ ਕਰਨੀ, ਸਤਿਗੁਰ ਦਾ ਨਾਮ ਜਪਣਾ ਬੜਾ ਔਖਾ ਲੱਗਦਾ ਹੈ। ਕਿਤੇ ਇਕੱਲੇ ਬਹਿ ਕੇ ਘਰ ਬਾਹਰ ਤੋਂ ਦੂਰ ਚਲੇ ਜਾਈਏ, ਕੋਈ ਬੁਲਾਵੇ ਨਾ, ਉਹ ਬੜਾ ਸੌਖਾ ਕੰਮ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਾਰਗ ਦਿੱਤਾ ਹੈ ਸਿੱਖੀ ਖੰਡਿਓ ਤਿੱਖੀ ਕਿ ਭਾਈ ਤੈਨੂੰ ਘਰ ਪਰਿਵਾਰ 'ਚ ਰਹਿਣਾ ਪੈਣਾ ਹੈ, ਰੀਤਾਂ ਵੀ ਨਿਭਾਉਣੀਆਂ ਪੈਣੀਆਂ ਨੇ, ਪਰ ਘਰ ਪਰਿਵਾਰ 'ਚ ਰਹਿੰਦਿਆਂ ਉਸ ਪਰਮਾਤਮਾ ਦੇ ਨਾਲ ਤੇਰੀ ਸਾਂਝ ਹੋਣੀ ਚਾਹੀਦੀ ਹੈ। ਇਹਨਾਂ ਦੁਨੀਆਂ ਦੇ ਰਿਸ਼ਤਿਆਂ ਨੂੰ ਛੱਡ ਕੇ, ਸੰਸਾਰ ਨੂੰ ਛੱਡ ਕੇ ਪਾਰ ਉਤਾਰਾ ਨਹੀਂ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਖਾਂਦਿਆਂ ਪਹਿਨਦਿਆਂ ਵਿੱਚ ਹੀ ਤੈਨੂੰ ਮੁਕਤ ਕਰਾਂਗੇ ਜੇ ਸ਼ਬਦ ਦਾ ਪੱਲਾ ਫੜੀ ਰੱਖੇਗਾ। ਅਤੇ ਜੇ ਦੁਨੀਆਂ ਦੇ ਸਹਾਰਿਆਂ 'ਤੇ ਓਟ ਰੱਖੀ, ਦੁਨੀਆਂ ਦੇ ਆਸਰੇ ਲੱਭਦਾ ਰਿਹਾ, ਪ੍ਰਭੂ ਨੂੰ ਵਿਸਾਰ ਦਿੱਤਾ, ਫਿਰ ਤੇਰਾ ਵਾਲੀ ਵਾਰਸ ਕੋਈ ਨਹੀਂ ਜੇ ਬਣਨਾ। ਸੋ ਆਖਰੀ ਪੰਕਤੀ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਅੱਸੂ ਦੇ ਮਹੀਨੇ ਦੇ ਅੰਦਰ ਉਹੀ ਸੁਖੀ ਵਸਣਗੀਆਂ ਜਿਨ੍ਹਾਂ ਨੇ ਉਸ ਪਿਤਾ ਪਰਮਾਤਮਾ ਦੇ ਸ਼ਬਦ ਦੇ ਨਾਲ ਪ੍ਰੀਤ ਪਾ ਲਈ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ, ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਸੋ ਸਤਿਗੁਰੂ ਜੀ ਕਿਰਪਾ ਕਰਨ ਸੰਗਤ ਜੀ, ਅੱਜ ਦੇ ਅੱਸੂ ਮਹੀਨੇ ਦੀ ਸੰਗਰਾਂਦ ਦੀ ਇੱਕ ਵਾਰ ਫਿਰ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਮੇਰਾ ਸਤਿਗੁਰੂ ਕਿਰਪਾ ਕਰੇ ਕਿ ਜਿਹੜਾ ਫਰਮਾਨ ਸ਼ਬਦ ਰੂਪ ਦੇ ਰਾਹੀਂ ਸਾਡੇ ਵਾਸਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਾਡੇ ਹਿਰਦੇ 'ਚ ਵੱਸ ਸਕੇ। ਸੋ ਦਾਸ ਪਾਸੋਂ ਸਤਿਗੁਰ ਦੇ ਸ਼ਬਦ ਦੀ ਵਿਚਾਰ ਕਰਦਿਆਂ, ਆਪ ਸੰਗਤਾਂ ਦੇ ਚਰਨ ਪੜਦਿਆਂ, ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਕੋਈ ਸ਼ਬਦ ਜਾਣੇ ਅਣਜਾਣੇ 'ਚ ਉੱਚਾ ਨੀਵਾਂ ਮੈਂ ਬੋਲ ਗਿਆ ਹੋਵਾਂ, ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ, ਆਪ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕਰਕੇ ਗੁਰੂ ਦੀ ਹਜ਼ੂਰੀ 'ਚ ਇੱਥੇ ਹੀ ਖਿਮਾ ਚਾਹਾਂਗਾ। ਪਰ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਸੰਦੇਸ਼ ਨੂੰ ਆਪ ਸੰਗਤਾਂ ਤੱਕ ਪਹੁੰਚਾਉਣਾ ਅਤੇ ਇਮਾਨਦਾਰੀ ਦੇ ਨਾਲ ਆਪ ਸੰਗਤਾਂ ਦੇ ਨਾਲ ਸਾਂਝ ਕਰਨੀ ਹਰ ਇੱਕ ਗੁਰਸਿੱਖ ਦਾ ਫਰਜ਼ ਵੀ ਹੈ ਅਤੇ ਧਰਮ ਵੀ ਹੈ। ਅਤੇ ਸਤਿਗੁਰੂ ਜੀ ਦੇ ਬੋਲ ਸੰਗਤ ਜੀ ਬੜੇ ਮਿੱਠੇ ਬੜੇ ਪਿਆਰੇ ਨੇ, ਪਰ ਜਦੋਂ ਗੁਰੂ ਦੇ ਰਾਹੇ ਤੋਂ ਕੁਰਾਹੇ ਚੱਲਦੇ ਹਾਂ ਤਾਂ ਫਿਰ ਇਹ ਬੋਲ ਤਿੱਖੇ ਵੀ ਬੜੇ ਨੇ ਅਤੇ ਚੋਟ ਵੀ ਬੜੀ ਕਰਾਰੀ ਕਰਦੇ ਨੇ। ਸੋ ਸਤਿਗੁਰੂ ਕਿਰਪਾ ਕਰੇ ਕਿ ਗੁਰੂ ਦੇ ਸ਼ਬਦ ਦੇ ਨਾਲ ਸਾਡੀ ਬਣ ਆਵੇ ਅਤੇ ਸਤਿਗੁਰੂ ਜੀ ਦੇ ਉਪਦੇਸ਼ 'ਤੇ ਚੱਲੀਏ, ਮਨੁੱਖਾਂ ਨੂੰ ਛੱਡ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰੀਏ, ਤਾਂ ਜੋ ਉਸ ਪਰਮਾਤਮਾ ਦੇ ਰਸਤੇ 'ਤੇ ਚੱਲਣ ਵਾਲੇ ਸਾਨੂੰ ਵੀ, ਜਿਵੇਂ ਇੱਕ ਬੱਚੇ ਨੂੰ ਉਂਗਲ ਫੜ ਕੇ ਤੋਰ ਕੇ ਆਪਾਂ ਲੈ ਜਾਂਦੇ ਹਾਂ ਨਾ, ਅਤੇ ਉਹ ਪਹੁੰਚੇ ਹੋਏ ਪਰਮਾਤਮਾ ਦੇ ਪਿਆਰੇ ਸਾਨੂੰ ਵੀ ਹੱਥ ਫੜ ਕੇ ਉਸ ਪਰਮਾਤਮਾ ਦੇ ਚਰਨਾਂ ਤੱਕ ਲੈ ਜਾਣ। ਇੱਥੇ ਹੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ ਸਭ ਦੋਤਾ ਗਾਵ ਹੋ ਹਰੀ ਕੇਰਾ। ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸਵਾਮੀ। ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ, ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ। ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਂ। ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸਾਲ ਜਿਤ ਘਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਰਦ ਵਸ ਕੀਤੇ, ਕਾਲ ਕੰਟਕ ਨਾਰਿਆ ਤੁਰਕਰਮ ਪਾਇਆ। ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਆਨੰਦ ਸੁਣ ਬਡ ਭਾਗੀ ਹੋ। ਸਗਲ ਮਨੋਰਥ ਪੂਰੇ ਪਾਰੇ, ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ। ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ, ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।